ਨਾਨਕਾ ਦੇ ਰਖ ਹਾਥ ਹਰ ਗੁਣ ਨਿਧੇ ਗੋਪਾਲ ਸਰਬ ਘਟ ਪ੍ਰਤਪਾਲ ਮਨ ਪ੍ਰੀਤ ਦਰਸ਼ਨ ਪਿਆਸ ਗੋਬਿੰਦ ਪੂਰਨ ਆਸ ਇਸ ਨਿਮਖ ਰਹਿਣ ਨਾ ਜਾਏ ਵਡ ਭਾਗ ਨਾਨਕ ਪਾਏ ਤੁਝ ਬਿਨਾ ਪ੍ਰਭ ਤੁਝ ਬਿਨਾ ਨਹੀਂ ਹੋਰ ਮਨ ਪ੍ਰੀਤ ਚੰਦ ਚਕੋਰ ਜਿਉਂ ਮੀਨ ਜਲ ਸਿਉਂ ਹੇਤ ਅਲ ਕਮਲ ਤਿੰਨ ਨਾ ਪੀਤ ਜਿਉਂ ਚਕਵੀ ਸੂਰਜ ਆਸ ਨਾਨਕ ਚਰਨ ਪਿਆਸ ਜਿਉਂ ਤਰੁਣ ਭਰਤ ਪਰਾਨ ਜਿਉਂ ਲੋਭੀ ਹੈ ਧਨ ਦਾਨ ਜਿਉਂ ਦੂਧ ਜਲ ਹੈ ਸੰਜੋਗ ਜਿਉਂ ਮਾਂ ਖੁਦ ਆਰਥ ਭੋਗ ਜਿਉਂ ਮਾਤ ਪੁੱਤ ਹੇਤ ਹਰ ਸਿਮਰ ਨਾਨਕ ਨੇਤ ਜਿਉਂ ਦੀਪ ਪਤਨ ਪਤੰਗ ਜਿਉਂ ਚੋਰ ਕਿਰਤ ਨਿਸੰਗ ਮਹਿੰਗ ਲਹਿ ਕਾਮੈ ਬੰਦ ਜਿਉਂ ਗ੍ਰਸਤ ਦਿਖਈ ਧੰਦ ਜਿਉਂ ਜੁਆਰ ਦਿਸਣ ਨਾ ਜਾਏ ਹਰ ਨਾਨਕ ਇਹੋ ਮਨ ਲਾਏ ਕੁਰੰਕ ਨਾਦੈ ਨੇਹੋ ਚਾਤ੍ਰਿਕ ਚਾਹਤ ਨੇਹੋ ਜਨ ਜੀਵਨਾ ਸਤ ਸੰਗ ਗੋਬਿੰਦ ਭਜਨ ਰੰਗ ਰਸਨਾ ਬਖਾਨੈ ਨਾਮ ਨਾਨਕ ਦਰਸ਼ਨ ਦਾਨ ਗੁਣ ਗਾਏ ਸੁਣ ਲਿਖ ਦੇ ਸੋ ਸਰਬ ਫਲ ਹਰ ਲੇ ਕੁਲ ਸਮੂਹ ਕਰਤ ਉਧਾਰ ਸੰਸਾਰ ਉਤਰਤ ਪਾਰ ਹਰ ਚਰਨ ਬੋਹਿਤ ਸਾਹੇ ਮਿਲ ਸਾਧ ਸੰਗ ਚਟ ਗਾਹ ਹਰ ਪੈਜ ਰੱਖੈ ਮੁਰਾਰ ਹਰ ਨਾਨਕ ਸ਼ਰਨ ਦੁਆਰ ਹਰ ਪੈਜ ਰੱਖੈ ਮੁਰਾਰ ਹਰ ਨਾਨਕ ਸ਼ਰਨ ਦੁਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏ ਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਹੁਣੇ ਆਪ ਜੀ ਨੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਦਰ ਘਰ ਦੇ ਕੀਰਤਨੀ ਗੁਰਸਿੱਖ ਪਾਤਸ਼ਾਹ ਭਾਈ ਕਿਰਪਾਲ ਸਿੰਘ ਜੀ
ਉਹਨਾਂ ਦੇ ਜਥੇ ਪਾਸੋਂ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਅੱਜ ਜੋ ਅੰਮ੍ਰਿਤ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕਰਕੇ ਪਵਿੱਤਰ ਹੁਕਮ ਦੀ ਦਾਤ ਬਖਸ਼ੀ ਹੈ, ਇਹ ਅੰਮ੍ਰਿਤ ਬਚਨ ਧੰਨ ਗੁਰੂ ਪੰਚਮ ਪਿਤਾ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਰਾਗ ਬਿਲਾਵਲ ਦੇ ਅੰਦਰ ਅੰਕ 837 ਤੇ ਇੱਕ ਪਵਿੱਤਰ ਸ਼ਬਦ ਆਰੰਭ ਹੁੰਦਾ ਹੈ। 838 ਅੰਕ ਤੇ ਇਹਦੀ ਸੰਪੂਰਨਤਾ ਹੈ। ਰਹਾਉ ਦੀ ਤੁਕ ਤੋਂ ਬਿਨਾਂ 10 ਇਹਦੇ ਪਦੇ ਨੇ ਤੇ ਤਕਰੀਬਨ ਇੱਕ ਅੰਕ ਪੂਰੇ ਦਾ ਸ਼ਬਦ ਹੈ। ਆਓ ਭਾਵਾਂ ਕੇ ਸ਼ਬਦ ਲੰਬੀਰਾ ਹੈ, ਇੱਕ ਅੰਕ ਰੂਪ ਹੀ ਹੈ ਪੂਰਾ, ਪਰ ਜੋ ਸਤਿਗੁਰੂ ਦਾ ਹੁਕਮ ਹੈ, ਹੁਕਮ ਹੁਕਮ ਹੀ ਹੈ, ਭਾਵੇਂ 4 ਪਦਿਆਂ ਵਿੱਚ ਕਹਿ ਦੇਣ, ਭਾਵੇਂ 2 ਤੁਕਾਂ ਵਿੱਚ ਕਹਿ ਦੇਣ, ਭਾਵੇਂ ਕਈ ਅੰਕ ਦੇਣ, ਹੁਕਮ ਹੁਕਮ ਜਾਣ ਕੇ ਆਪਾਂ ਸਮੇਂ ਵਿੱਚ ਰਹਿ ਕੇ ਇਸ ਦੀ ਅਖਰੀ ਅਰਥ ਜ਼ਰੂਰ ਆਪਾਂ ਕਰਾਂਗੇ। ਕਰੋ ਕਿਰਪਾਲਤਾ ਸਾਧ ਸੰਗਤ, ਆਪ ਜਿਤਨੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਦੀ ਚਰਨ ਸ਼ਰਨ ਵਿੱਚ ਇਕੱਤਰ ਹੋਏ ਹੋ, ਸਾਰੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਇੱਕ ਬੇਨਤੀ ਕਰੀਏ ਕਿ ਦਾਤਾਰ ਆਪ ਕਿਰਪਾ ਕਰਕੇ ਵਿੱਚ ਵਰਤੋ, ਆਪਣੇ ਪਾਵਨ ਪਵਿੱਤਰ ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਮੇਰ ਕਰਕੇ ਕਰਾ ਲਵੋ। ਕਰੋ ਬਖਸ਼ ਸਾਧ ਸੰਗਤ, ਆਪ ਬਖਸ਼ੋ ਆਸੀਸ, ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਇਸ ਅੰਮ੍ਰਿਤ ਬਚਨ ਦੇ ਅੰਦਰ ਸਭ ਤੋਂ ਪਹਿਲਾਂ ਤਾਂ ਉਸ ਪਰਮ ਪਿਤਾ ਪਰਮੇਸ਼ਵਰ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ, ਹੇ ਪ੍ਰਭੂ ਕਿ ਤੁਸੀਂ ਆਪ ਕਿਰਪਾਲਤਾ ਕਰੋ, ਜਨਮ ਤੇ ਮਰਨ ਦਾ ਜੋ ਦੁੱਖ ਹੈ ਇਸ ਨੂੰ ਆਪਣੀ ਮਿਹਰ ਕਿਰਪਾ ਦਇਆ ਕਰਕੇ ਨਿਵਾਰ ਦਿਓ, ਤੇ ਜਨਮ ਤੇ ਮਰਨ ਦਾ ਦੁੱਖ ਦੂਰ ਕਰ ਦਿਓ। ਤੁਹਾਡੇ ਚਰਨਾਂ ਤੇ ਆ ਚੁੱਕੇ ਤੇਰੇ ਪਿਆਰੇ ਬੰਦਗੀ ਕਰਨ ਵਾਲੇ ਸੰਤ ਜਨਾਂ ਦੇ ਚਰਨ ਪਕੜੇ ਨੇ, ਇੱਕ ਮਿਹਰ ਕਰੋ ਕਿ ਤੇਰਾ ਨਾਮ ਮੇਰੇ ਅੰਦਰ ਨੂੰ ਮਿੱਠਾ ਲੱਗਣ ਲੱਗ ਪਏ, ਮਿਹਰ ਕਰੋ ਮੈਨੂੰ ਡਿੱਗੇ ਹੋਏ ਨੂੰ ਆਪਣੇ ਲੜ ਨਾ ਲਾ ਦਿਓ। ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਬੇਤਾਰ ਕਿਰਪਾਲੂ ਜੀ ਨੇ ਮਨੁੱਖ ਨੂੰ ਇਹ ਸਮਝਾਉਣ ਦਾ ਪੂਰਾ ਯਤਨ ਕੀਤਾ ਹੈ ਕਿ
ਕਿ ਕਿਸੇ ਤਰੀਕੇ ਨਾਲ ਇਹ ਵਿਕਾਰਾਂ ਤੋਂ ਮੁਕਤ ਹੋ ਕੇ ਉਸ ਪਰਿਪੂਰਨ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜ ਸਕੇ। ਦੇਖੋ ਜਿਸ ਸਰੀਰ ਨੂੰ ਅਸੀਂ ਲੈ ਕੇ ਬੈਠੇ ਹਾਂ, ਇਹ ਸਰੀਰ ਆਪਾਂ ਸਮਝਾਂਗੇ ਕਿ ਇਸ ਜਨਮ ਦੀ ਖੇਡ ਹੈ। ਹਕੀਕਤ ਹੈ ਕਿ ਮਨੁੱਖ ਦਾ ਅੰਦਰ ਅੰਦਰ ਦੀ ਜੀਵ ਆਤਮਾ ਪਤਾ ਨੀ ਕਿੰਨਾ ਕੁਛ ਸਬਰ ਕਰਦਿਆਂ ਹੋਇਆ ਇਹ ਸਰੀਰ ਮਿਲਿਆ। ਇਸ ਸਰੀਰ ਤੋਂ ਪਹਿਲਾਂ ਕਿੰਨੇ ਕੁ ਸਰੀਰ ਹੋਰ ਧਾਰਨ ਕੀਤੇ ਨੇ। ਗੁਰੂ ਗ੍ਰੰਥ ਸਾਹਿਬ ਦੇ ਮਤ ਮੁਤਾਬਕ, ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਅਨੁਸਾਰ ਜੇ ਭਜਨ ਬੰਦਗੀ ਸਿਮਰਨ ਨਾ ਕੀਤਾ, ਮਾਲਕ ਦੀ ਨੇਕ ਨੀਯਤ ਨਾਲ ਓਟ ਨਾ ਲਈ, ਤੇ ਮੇਰੇ ਧੰਨ ਗੁਰੂ ਅਰਜਨ ਸਾਹਿਬ ਕਿਵੇਂ ਹੋ ਸਕਦਾ ਪਰਤ ਕੇ ਅਗਾਂਹ ਫਿਰ ਤਾਣਾ ਤਣਿਆ ਜਾਏ। ਹਜ਼ੂਰ ਨੇ ਇੱਕ ਅੰਮ੍ਰਿਤ ਬਚਨ ਕਹਿ ਲੱਗੇ, ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ। ਕਬੀਰ ਸਾਹਿਬ ਕਹਿੰਦੇ ਨੇ ਇਹੋ ਜਿਹਾ ਘਰ, ਜਿਸ ਘਰ ਵਿੱਚ ਜਿਸ ਸਰੀਰ ਵਿੱਚ ਹੁਣ ਬੈਠੇ, ਪਤਾ ਨੀ ਕਿੰਨੇ ਕੁ ਇਹੋ ਜਿਹਾ ਘਰ ਇਹ ਸਰੀਰ ਵਸਾ ਕੇ ਆਏ ਆ, ਤੇ ਮਾਲਕ ਇੱਕ ਕਿਰਪਾ ਕਰ ਕਿ ਤੁਸੀਂ ਇਸ ਘਰ ਵਿੱਚੋਂ ਇਸ ਸਰੀਰ ਵਿੱਚੋਂ ਹੁਣ ਮੇਰ ਕਰਕੇ ਜਨਮ ਤੇ ਮਰਨ ਦੇ ਦੁੱਖ ਤੋਂ ਬਚਾ ਲਓ। ਬਾਬਾ ਨਾਮਦੇਵ ਜੀ ਨੇ ਆਪਣੀ ਰਚਨਾ ਦੇ ਵਿੱਚ, ਉਹਨਾਂ ਦੇ ਅੰਮ੍ਰਿਤ ਬਚਨ ਨੇ ਰਾਜ ਧਨਾਸਰੀ ਵਿੱਚ ਇੱਕ ਕਿਰਪਾਲਤਾ ਭਰਿਆ ਉਹਨਾਂ ਬਚਨ ਕੀਤਾ ਕਿ ਮਨੁੱਖ ਦੀ ਜ਼ਿੰਦਗੀ ਕੀ। ਸਹਿ ਬਾਬਾ ਨਾਮਦੇਵ ਕਿਸੇ ਨੇ ਕਦੇ ਪਿੰਡਾਂ ਵਾਲੇ ਖੂਹ ਵੱਲ ਤੱਕਿਓ, ਪੁਰਾਤਨ ਸਮੇਂ ਪੰਜਾਬ ਦੀ ਧਰਤੀ ਤੇ ਬਜ਼ੁਰਗ ਜਾਣਦੇ ਨੇ ਕਿ ਬਲਦ ਖੂਹ ਅੱਗੇ ਜੋੜੇ ਤੇ ਪਿੰਡਾਂ ਦੀ ਮਾਲ ਨਾਲ ਉਹ ਥੱਲੇ ਪਾਣੀ ਨਾਲ ਭਰ ਕੇ ਆਉਣੀਆਂ, ਉੱਪਰ ਆ ਕੇ ਸੱਖਣੀਆਂ ਹੋਣੀਆਂ ਤੇ ਸੱਖਣੀਆਂ ਹੋਣ ਤੋਂ ਬਾਅਦ ਫਿਰ ਚਿੰਦਾ ਪਾਣੀ ਵਾਸਤੇ ਭਰਨ ਵਾਸਤੇ ਥੱਲੇ ਚਰੀਆਂ ਜਾਣ। ਸਾਰਾ ਦਿਨ ਉਹਨਾਂ ਖੂਹ ਦੀਆਂ ਚਿੰਦਾ ਦਾ ਚੱਕਰ ਲੱਗਦਾ ਰਹਿਣਾ, ਕਦੀ ਉਹਨਾਂ ਖੂਹ ਦੀਆਂ ਚਿੰਦਾ ਨੇ ਪਾਣੀ ਲੈ ਕੇ ਉੱਤੇ ਆ ਜਾਣਾ, ਪਾਣੀ ਨੂੰ ਬਾਹਰ ਸੱਟਣਾ ਤੇ ਪਰਤ ਕੇ ਫਿਰ ਉਹਨਾਂ ਨੇ ਖੂਹ ਵਿੱਚ ਚਲੀਆਂ ਜਾਣਾ, ਭਰ ਕੇ ਪਾਣੀ ਹੋਰ ਲਿਆਉਣਾ। ਸਾਰਾ ਦਿਨ ਹੀ ਭਰੀਆਂ ਰਹਿਣਾ ਤੇ ਖਾਲੀ ਹੁੰਦੀਆਂ ਰਹਿਣਾ, ਇਹ ਖੂਹ ਦੀਆਂ ਚਿੰਦਾ ਦਾ ਸੁਭਾਅ ਸੀ। ਬਾਬਾ ਨਾਮਦੇਵ ਕਹਿੰਦੇ ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ, ਕਿ ਅਸੀਂ ਤਾਂ ਖੂਹ ਦੀਆਂ ਚਿੰਦਾ ਦੀ ਤਰ੍ਹਾਂ ਵਾ, ਕਿ ਇਹ ਸਾਡਾ ਚੱਕਰ ਖੂਹ ਦੀ ਮਾਲ ਦੀ ਤਰ੍ਹਾਂ ਬਣਿਆ ਹੋਇਆ ਹੈ। ਜਨਮ ਹੁੰਦਾ ਹੈ, ਕਰਮਾਂ ਦਾ ਪਾਣੀ ਅਸੀਂ ਬੰਨ ਕੇ ਖੂਹ ਦੀਆਂ ਚਿੰਦਾ ਦੀ ਤਰ੍ਹਾਂ ਲੈ ਆਉਂਦੇ। ਜਨਮ ਹੋਇਆ, ਕਰਮਾਂ ਦਾ ਪਾਣੀ ਲੈ ਕੇ ਆਏ, ਜਦੋਂ ਉਹਨਾਂ ਨੂੰ ਭੋਗਿਆ ਖਾਲੀ ਹੋਏ, ਪਰਤ ਕੇ ਫਿਰ ਖੂਹ ਦੀ ਚਿੰਦ ਦੀ ਤਰ੍ਹਾਂ ਖੂਹ ਵੀ ਚਲੇ ਗਏ, ਫਿਰ ਉਹ ਕਰਮਾਂ ਦਾ ਪਾਣੀ ਲੈ ਕੇ ਬਾਹਰ ਆ ਗਏ। ਖੂਹ ਦੀ ਚਿੰਦ ਭਰਦੀ ਏ ਤੇ ਫਿਰ ਖਾਲੀ ਹੁੰਦੀ ਏ। ਇਸੇ ਤਰ੍ਹਾਂ ਮੇਰੇ ਮਾਲਕ ਜੀ, ਇਹ ਮਨੁੱਖ ਮਾਨੋ ਇੱਕ ਖੂਹ ਦੀਆਂ ਚਿੰਦਾ ਦੀ ਤਰ੍ਹਾਂ ਚੱਕਰ ਲਾਉਂਦਾ ਲਾਉਂਦਾ, ਰੱਬ ਜੀ ਤੁਸੀਂ ਮਿਹਰ ਕੀਤੀ ਉਹਨੂੰ ਮਨੁੱਖਾ ਜਿਹੀ ਮਿਲ ਗਈ, ਤੇ ਹੁਣ ਮਿਹਰ ਕਰੋ ਇਹਦਾ ਜਨਮ ਮਰਨ ਨਿਵਾਰ ਦਿਓ। ਹਜ਼ੂਰ ਨੇ ਅੰਮ੍ਰਿਤ ਬਚਨ ਕਹਿ ਨੇ ਕਿੰਨੇ ਕਿੰਦੀ ਉਬਕਲੇ ਸੰਸਾਰਾ, ਭਰਮ ਭਰਮ ਆਏ ਤੁਮ ਚੇ ਦੁਆਰਾ। ਕਹਿਣ ਲੱਗੇ ਖੂਹ ਦੀਆਂ ਚਿੰਦਾ ਦੀ ਤਰ੍ਹਾਂ ਅਸੀਂ ਭਟਕਦੇ ਹੋਏ ਆਪ ਜੀ ਦੇ ਪਵਿੱਤਰ ਗੜ ਤੇ ਅੱਜ ਆ ਗਏ। ਹੁਣ ਦੇਖੋ ਜਿਨ੍ਹਾਂ ਨੇ ਪਰਮੇਸ਼ਵਰ ਦੀ ਬੰਦਗੀ ਕੀਤੀ, ਉਹਨਾਂ ਨੇ ਜਨਮ ਮਰਨ ਦਾ ਦੁੱਖ ਜਾਂ ਜਨਮ ਮਰਨ ਦਾ ਚੱਕਰ ਭਜਨ ਬੰਦਗੀ ਸਿਮਰਨ ਕਰਕੇ ਕੱਟ ਲਿਆ।
ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚ ਇੱਕ ਸ਼ਲੋਕ ਇੱਕ ਸ਼ਬਦ ਸਾਹਿਬ ਬਾਬਾ ਫਰੀਦ ਸਾਹਿਬ ਦਾ ਪੜ੍ਹਿਆ ਜਾਂਦਾ ਹੈ। ਉਹਨਾਂ ਨੇ ਵੀ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕੀਤੀ, ਤੇਰੀ ਆਸ ਹੈ ਤੂੰ ਕਿਰਪਾ ਕਰਕੇ ਸਾਨੂੰ ਬਚਾ ਲਈ। ਤੇ ਫਿਰ ਨਾਲ ਇੱਕ ਬਚਨ ਕੀਤਾ, ਕਹਿੰਦੇ ਨੇ ਜੇ ਇਹ ਸਮਾਂ ਨਿਕਲ ਗਿਆ ਮਨੁੱਖਾ ਜਿਹੀ ਦਾ ਤੇ ਪਰਖ ਕੇ ਬੀਤੇ ਹੋਏ ਨੇ ਹੱਥ ਵਿੱਚ ਨਹੀਂ ਆਉਣਾ ਤੇ ਤੂੰ ਆਪਣੀ ਜ਼ਿੰਦਗੀ ਦੇ ਸਫ਼ਰ ਉੱਪਰ ਜਾਏਗਾ। ਉਹਨਾਂ ਦਾ ਰਾਗ ਸੁਹੀ ਵਿੱਚ ਇਹ ਪਵਿੱਤਰ ਸ਼ਬਦ ਹੈ ਬਾਬਾ ਫਰੀਦ ਜੀ ਦਾ। ਤੇ ਇੱਕ ਮਾਲਕ ਦੇ ਚਰਨਾਂ ਵਿੱਚ ਉਹਨਾਂ ਅਰਦਾਸ ਕਰਦੇ ਉੱਪਰ ਮੰਗਦੇ ਨੇ, ਉਪਦੇਸ਼ ਇਸ ਮਨੁੱਖ ਨੂੰ ਦਿੰਦੇ ਨੇ। ਤੇ ਸ਼ਬਦ ਉਹਨਾਂ ਨੇ ਵਰਤੇ ਨੇ, ਬੇੜਾ ਬੰਦ ਨਾ ਸਕਿਓ ਬੰਧਨ ਕੀ ਬੇਲਾ। ਬੇੜਾ ਦਾ ਅਰਥ ਕਿ ਜ਼ਿੰਦਗੀ ਨੂੰ ਤਰਨ ਵਾਸਤੇ ਜਿਹੜਾ ਤੂੰ ਬੇੜਾ ਜਿਹੜਾ ਸੀ ਲਾਲ ਕੀਲਾ ਕਰਨਾ ਸੀ ਉਹ ਤੂੰ ਕੀਤਾ ਹੀ ਨੀ। ਤੇ ਇਹਦੇ ਵਿੱਚ ਕੋਈ ਦੋ ਰਾਵਾਂ ਨੀ। ਮਨੁੱਖ ਜਨਮ ਤੋਂ ਲੈ ਕੇ ਜਦੋਂ ਸੁਰਤ ਸੰਭਾਲਦਾ ਹੈ ਤੇ ਜਿੰਨੀ ਦੇਰ ਤੱਕ ਮੌਤ ਨੀ ਦਰਵਾਜ਼ਾ ਖੜਕਾਉਂਦੀ ਉਨੀ ਦੇਰ ਤੱਕ ਇਹ ਕੇਵਲ ਸੰਸਾਰ ਦੇ ਸਰੰਜਾਮ ਤੱਕ ਰਹੀ ਜਾਂਦਾ, ਦੁਨੀਆਂ ਵਿੱਚ ਰਹਿਣ ਦੇ ਉੱਦਮ ਤੇ ਕਰਦਾ। ਪਰ ਹੈਰਾਨਗੀ ਦੀ ਗੱਲ ਇਹ ਵੇ, ਕਦੀ ਉਹਨੇ ਇਹ ਨਹੀਂ ਸੋਚਿਆ ਕਿ ਇਸ ਸਰੀਰ ਦੇ ਬਿਨਸਨ ਤੋਂ ਬਾਅਦ ਕੋਈ ਹੋਰ ਵੀ ਥਾਂ ਹੈ ਜਿੱਥੇ ਮੈਂ ਜਾਣਾ। ਇਸ ਘਰ ਵਾਸਤੇ ਨੇ ਕਦੀ ਉੱਦਮ ਕੀਤੇ? ਮੇਰੇ ਸਾਹਿਬ ਕਿਰਪਾਲੂ ਜੀ ਨੇ ਇੱਕ ਬਚਨ ਕੀਤਾ, ਆਪਾਂ ਰੋਜ਼ ਉਹਨੂੰ ਸ਼ਬਦ ਨੂੰ ਪੜ੍ਹਨੇ, ਜਦੋਂ ਅਸੀਂ ਪੜ੍ਹਨੇ ਆ ਨਾ ਕਿ ਅਵਰ ਕਾਜ ਤੇਰਾ ਕਿਤੇ ਨਾ ਕਾਮ, ਨਿਰ ਸਾਧ ਸੰਗਤ ਭਜ ਕੇਵਲ ਨਾਮ। ਹੁਣ ਅਗਲੀ ਚੋਕੇ ਸਰੰਜਾਮ ਲਾਗ ਭਵਜ ਕਰਨਕ ਹੈ। ਸਰੰਜਾਮ ਦਾ ਅਰਥ ਕੀ ਹੁੰਦਾ ਜੀ? ਇਹਦੇ ਅਖਰੀ ਅਰਥ ਵਿਦਵਾਨਾਂ ਨੇ ਗੁਰਮੁਖਾਂ ਨੇ ਕੀਤੇ ਨੇ ਕਿ ਉੱਦਮ ਕਰਨਾ, ਸ਼ੀਲਾ ਵਸ਼ੀਲਾ ਕਰਨਾ। ਕਹਿੰਦੇ ਜਿੱਥੇ ਤੂੰ ਜਨਮ ਤੋਂ ਲੈ ਕੇ ਮੌਤ ਤੱਕ ਆਪਣੇ ਖਾਣ ਦਾ, ਆਪਣੇ ਰਹਿਣ ਦਾ, ਆਪਣੇ ਪਾਣ ਦਾ, ਆਪਣੇ ਘਰ ਦੇ ਉੱਦਮਤਾ ਕਰਨਾ ਚਾਹੇ, ਕਦੀ ਇਹਦੀ ਜ਼ਿੰਦਗੀ ਵਿੱਚ ਦੋ ਘੜੀਆਂ ਸੋਚ ਲਿਆ ਕਰ, ਇਸ ਭਵਜਲ ਤੋਂ ਤਰਨ ਦਾ ਵੀ ਉੱਦਮ ਕਰ ਲੈ। ਸਰਨ ਜਾਮ ਲਾਗ ਇਸ ਉੱਦਮ ਵਿੱਚ ਲੱਗ ਜਾ। ਕਿਹੜੇ ਉੱਦਮ ਵਿੱਚ? ਭਵਜਲ ਤਰਨ ਕਹੇ, ਇਸ ਭਵਜਲ ਨੂੰ ਤਰ ਸਕੇ। ਤੇ ਜੇ ਸਜਣਾ ਨਾ ਤਰਿਆ ਤੇ ਸੱਚ ਜਾਣੀ ਜਨਮ ਬਿਰਥਾ ਜਾਤ ਰੰਗ ਮਾਇਆ ਹੈ। ਇਹ ਦੁਨੀਆਂ ਦੇ ਮੋਹ ਵਿੱਚ, ਸੰਸਾਰ ਦੀ ਮਾਇਆ ਦੇ ਪਿਆਰ ਵਿੱਚ ਇਹ ਤੇਰੀ ਜ਼ਿੰਦਗੀ ਦਾ ਸਮਾਂ ਜਿਹੜਾ ਉਹ ਵਿਅਰਥ ਵਿਅਰਥ ਚਲਾ ਗਿਆ। ਮੈਂ ਬੇਨਤੀ ਕਰ ਰਿਹਾ ਸਾਂ ਬਾਬਾ ਫਰੀਦ ਸਾਹਿਬ ਦੇ ਸ਼ਬਦ ਵਿੱਚੋਂ, ਉਹਨਾਂ ਨੇ ਦਰਸ਼ਨ ਕੀਤੇ ਨੇ ਕਿੰਨੇ ਜਪ ਤਪ ਭਜਨ ਬੰਦਗੀ ਲਈ ਸਰੀਰ ਮਿਲੇ ਆ। ਤੇ ਉਹਨਾਂ ਕਿਰਪਾ ਕਰਕੇ ਕਹਿ ਕਹਿਣ ਲੱਗੇ, ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ, ਪਰ ਕਰਵਰ ਜਬ ਉਚਲੇ ਤਬ ਤਰਨ ਦਿਖੇਲਾ, ਹੱਥ ਨਾ ਲਾਏ ਕੁਸੰਬੜੇ ਜਲ ਜਾਤੀ ਢੋਲਾ। ਦੇਖੋ ਇਹਦੇ ਪਿਆਰੇ ਸ਼ਬਦ ਕਹਿ ਕੇ ਚੁਣੇ ਬਾਬਾ ਫਰੀਦ ਸਾਹਿਬ, ਕਿਵੇਂ ਤੂੰ ਜਪ ਤਪ ਦਾ ਬੇੜਾ ਨੀ ਬਣੇ, ਜਦੋਂ ਬੇੜਾ ਲੰਘ ਗਿਆ ਤੇ ਪਛਤਾਵੇਗਾ। ਜਿਹੜੀ ਮਾਇਆ ਤੈਨੂੰ ਅੱਜ ਦੀ ਸੋਹਣੀ ਲੱਗਦੀ ਹੈ, ਸੰਸਾਰ ਚੰਗਾ ਲੱਗਦਾ, ਪਰਿਵਾਰ ਚੰਗਾ ਲੱਗਦਾ, ਦੁਨੀਆਂ ਦੇ ਵਕਾਰ ਵਿਖੇ ਲੱਗਦੇ ਨੇ, ਕਹਿੰਦੇ ਇਹ ਕੁਸੰਬੜੇ ਫੁੱਲ ਦੀ ਤਰ੍ਹਾਂ ਨੇ, ਝੋਲਾ ਕਰਕੇ ਮੇਰੇ ਪਿਆਰਿਆ ਕਿਤੇ ਇਹਨੂੰ ਹੱਥ ਨਾ ਲਾ ਲਈ, ਇਸ ਕੁਸੰਬੜੇ ਦੇ ਫੁੱਲ ਨੇ ਤੈਨੂੰ ਸਾੜ ਦੇਣਾ। ਕਹਿਣ ਲੱਗੇ ਦੇਖ ਇਹਨੂੰ ਹੱਥ ਨਾ ਲਾਏ, ਸ਼ਬਦ ਵਰਤੇ ਨੇ ਤੇ ਉਹਨਾਂ ਨੇ ਬੜਾ ਪਿਆਰਾ ਇਹ ਬਚਨ ਕਿਹਾ, ਹੱਥ ਨਾ ਲਾਏ ਕੁਸੰਬੜੇ ਜਲ ਜਾਤੀ ਢੋਲਾ। ਹੁਣ ਅਗਲੀ ਟੋਕੇ, ਇੱਕ ਆਪੀ ਨਾ ਪਤਲੀ,
ਅਪੀਲੇ ਪਤਲੀ ਕਰਕੇ ਇੱਕ ਤਾਂ ਤੂੰ ਕਮਾਈ ਤੋਂ ਹੀਣਾ ਹੋਣ ਕਰਕੇ ਆਤਮਕ ਜੀਵਨ ਪੱਖੋਂ ਬਿਲਕੁਲ ਕਮਜ਼ੋਰ ਹੈ। ਪਤਲੀ ਦਾ ਅਰਥ ਕਮਜ਼ੋਰੀ ਆਉਣੀ, ਜਿਹਦੀਆਂ ਸਰੀਰ ਵਿੱਚ ਦਾਵਾਂ ਵਿੱਚ ਤਾਕਤ ਨਹੀਂ। ਇੱਕ ਅਪੀਲੇ ਪਤਲੀ ਸਹਿ ਤੇਰੇ ਬੋਲਾਂ, ਪਰ ਮੈਨੂੰ ਇੰਨਾ ਪਤਾ ਨਹੀਂ ਕਿ ਉਸ ਖਤਮ ਦੇ ਉਸ ਸ਼ਹਿ ਦੇ ਉਸ ਮਾਲਕ ਦੇ ਜਿਹੜੇ ਬੋਲ ਇੰਨੇ ਸਖਤ ਨੇ, ਪਤਾ ਨੀ ਤੂੰ ਬੋਲਾਂ ਨੂੰ ਸਰ ਚੜ ਸਕੇ ਕਿ ਨਾ। ਇੱਕ ਅਪੀਲੇ ਪਤਲੀ ਸਹਿ ਤੇਰੇ ਬੋਲਾਂ, ਦੁੱਧਾ ਤਣੀ ਨਾ ਆਵੀ ਫਿਰ ਹੋਏ ਨਾ ਮੇਲਾ। ਦੁੱਧਾ ਤਣੀ ਨਾ ਆਵੀ, ਇੱਕ ਵਾਰੀ ਥਣਾ ਵਿੱਚੋਂ ਚੋਇਆ ਜਾਏ ਦੁੱਧ, ਉਹ ਪਰਤ ਕੇ ਥਣਾ ਵਿੱਚ ਨਹੀਂ ਜਾਂਦਾ। ਤੇ ਜਿਹੜੇ ਸਵਾਦ ਤੇਰੇ ਅੰਦਰੋਂ ਨਿਕਲ ਗਿਆ, ਜਿਤਨਾ ਮਰਜ਼ੀ ਯਤਨ ਕਰ ਲਈ, ਜਿਹੜਾ ਦੁੱਧ ਚੋਇਆ ਜਾਏ ਥਣਾ ਵਿੱਚ ਨਹੀਂ ਜਾਂਦਾ, ਤੇ ਜਿਹੜੇ ਸਾਹ ਤੇਰੇ ਨਿਕਲ ਗਏ ਨੇ, ਉਹਨਾਂ ਨੇ ਪਰਤ ਕੇ ਸਰੀਰ ਵਿੱਚ ਨਹੀਂ ਆਉਣਾ। ਫਿਰ ਤੂੰ ਯਤਨ ਕਰ ਖਾਸ ਮਾਲਕ ਦੇ ਚਰਨਾਂ ਦੇ ਜੁੜਨ ਲਈ। ਸਹਿਬ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਅਕਸਰ ਸਾਡੇ ਸੱਜਣ ਜਦੋਂ ਭੋਗ ਪੈਂਦਾ ਹੈ ਨਾ, ਭੋਗ ਤੋਂ ਮੁਰਾਦ ਕਿਸੇ ਦੀ ਮੌਤ ਹੁੰਦੀ ਹੈ, ਅੰਤਮ ਅਰਦਾਸ ਕਰਨੇ ਆ, ਕਿਉਂਕਿ ਕੁਝ ਸ਼ਬਦ ਅਸੀਂ ਨਾ ਅਰਥ ਭਾਵੇਂ ਨਾ ਵੀ ਸਮਝੀਏ, ਪਰ ਇਹ ਜ਼ਰੂਰ ਸਾਡੇ ਜ਼ਿਹਨ ਵਿੱਚ ਬੈਠ ਗਿਆ ਵੀ ਇਸ ਵੇਲੇ ਇਹ ਸ਼ਬਦ ਜ਼ਰੂਰ ਪੜ੍ਹਨਾ ਚਾਹੀਦਾ। ਜਿਵੇਂ ਉਦਾਹਰਣ ਦੇ ਤੌਰ ਤੇ ਖੁਸ਼ੀ ਦਾ ਕੋਈ ਕਾਰਜ ਹੋਵੇ ਤੇ ਅਸੀਂ ਅਕਸਰ ਕਹਿ ਦਿੰਦੇ ਹਾਂ ਗੁਰੂ ਕੇ ਕੀਰਤਨੀਆਂ ਸਿੱਖਾਂ ਨੂੰ ਕਿ ਸ਼ਬਦ ਪੜ੍ਹਦੇ ਹੋ ਲੱਖ ਖੁਸ਼ੀਆਂ ਪਾਤਸ਼ਾਹੀਆਂ ਕਿ ਸਤਿਗੁਰ ਨਜ਼ਰ ਕਰੇ। ਬੜੀ ਚੰਗੀ ਗੱਲ, ਸ਼ਬਦ ਪੜ੍ਹਨਾ ਚਾਹੀਦਾ। ਪਰ ਸਾਨੂੰ ਸਿਰਫ ਲੱਖ ਖੁਸ਼ੀਆਂ ਤੇ ਪਾਤਸ਼ਾਹੀਆਂ ਦਿਸਦੀਆਂ ਨੇ, ਪਰ ਅਗਲਾ ਸ਼ਬਦ ਨਹੀਂ ਦਿਸਦਾ। ਜੇ ਸ਼ਬਦ ਹੈ, ਜੇ ਸਤਿਗੁਰ ਨਜ਼ਰ ਕਰੇ, ਜੇ ਸਤਿਗੁਰੂ ਦੀ ਨਜ਼ਰ ਹੈ ਤੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਨੇ। ਤੇ ਜੇ ਚਾਰ ਟਕੇ ਬਣ ਗਏ ਤੇ ਕਹਿ ਦਿੱਤਾ ਵੀ ਲੱਖ ਖੁਸ਼ੀਆਂ ਪਾਤਸ਼ਾਹੀਆਂ, ਸੱਚ ਜਾਣੋ ਕੇਵਲ ਟਕਿਆਂ ਦੀ ਪ੍ਰਾਪਤੀ ਸਤਿਗੁਰੂ ਦੀ ਨਜ਼ਰ ਨਹੀਂ। ਫਿਰ ਇਹ ਸ਼ਬਦ ਦੀ ਰਹਾਉ ਦੀ ਦੁੱਖ ਨੂੰ ਕਦੀ ਪੜ੍ਹੋ। ਉਸੇ ਸਾਹਿਬ ਕਹਿੰਦੇ ਮੇਰੇ ਮਨ ਇੱਕ ਸਿਉਂ ਚਿੱਤ ਲਾਏ, ਜੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਲੈਣੀਆਂ ਨੇ, ਇੱਕ ਦੇ ਨਾਲ ਆਪਣੇ ਚਿੱਤ ਨੂੰ ਲਾ। ਮੇਰੇ ਮਨ ਇੱਕ ਸਿਉਂ ਚਿੱਤ ਲਾਏ, ਇੱਕ ਦਿਨ ਸਭ ਧੰਨ ਹੈ ਸਭ ਮਿੱਥਿਆ, ਮੋਹ ਮਾਰੇ ਜੇ ਇੱਕ ਨਾਲ ਜੁੜ ਜਾਏ, ਤੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਨੇ। ਤੇ ਜੇ ਪੁੱਛੀਏ ਮਹਾਰਾਜ ਪਾਤਸ਼ਾਹੀ ਕਿੱਥੋਂ ਮਿਲਦੀ ਹੈ, ਅਸੀਂ ਤਾਂ ਉਹਦੇ ਅਰਥ ਕਰਨੇ ਬਾਦ ਮੁਖੀ। ਇੱਕ ਪਦਵੀ ਮਿਲ ਗਿਆ ਲੱਖ ਖੁਸ਼ੀਆਂ ਪਾਤਸ਼ਾਹੀਆਂ, ਪਰ ਇਹਦੇ ਅੰਤਰੀਵ ਅਰਥ ਨੇ ਜਿਸ ਨੂੰ ਬਖਸ਼ੇ ਸਿਵਕ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ ਸਹਿਬ ਕਿਰਪਾਲੂ ਜੀ ਨੇ। ਮੈਂ ਆਪਣੇ ਵਿਸ਼ੇ ਵੱਲ ਆਉਣਾ ਚਾਹੁੰਦਾ। ਹੁਣ ਇਸੇ ਤਰ੍ਹਾਂ ਇੱਕ ਸ਼ਬਦ ਪੜ੍ਹਨੇ ਕਿ ਕਹਿਤ ਕਬੀਰ ਸੁਣੋ ਰੁ ਸੰਤੋ, ਖੇਤੀ ਕਰੋ ਨਬੇੜਾ, ਅਬ ਕੀ ਵਾਰ ਬਖਸ਼ ਬੰਦੇ ਕੋ ਗੌਰ ਨਾ ਭਵਜਲ ਪੇੜਾ। ਹੁਣ ਇਹਦੇ ਅਰਥ ਕੀ ਨੇ? ਇਹਦਾ ਅਰਥ ਜਦੋਂ ਅਸੀਂ ਕਰਾਂਗੇ ਅੱਜ ਦੇ ਸ਼ਬਦ ਨਾਲ ਝੁਕੇਗਾ ਕਿ ਜਨਮ ਮਰਨ ਪ੍ਰਭ ਜਨਮ ਮਰਨ ਨਿਵਾਰ, ਉਹ ਕਬੀਰ ਸਾਹਿਬ ਦਾ ਸ਼ਬਦ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਮਾਰੂ ਰਾਗ ਦੀ ਜਥੇ ਅਸੀਂ ਇਹਨੂੰ ਪੜ੍ਹਨੇ ਆ। ਤੇ ਇਹ ਸ਼ਬਦ ਆਰੰਭ ਹੁੰਦਾ ਦੇਹੀ ਗਾਵਾ ਜੀਓ ਧਰਮ ਹੈ ਤੋ ਜਸੈ ਪੰਚ ਕਿਰਸਾਨਾ, ਲੈਨੋ ਨਕ ਤੋਂ ਸਰਬ ਨੂੰ ਰਸ ਤਤ ਇੰਦਰੀ ਕਹਿਰਾ ਨਾ ਮਨ। ਹੁਣ ਇਹਦੇ ਅਰਥਾਂ ਵੱਲ ਚਲਣ ਚਲੀਏ। ਮੈਂ ਕਰਕੇ ਬੇਨਤੀ ਕੀਤੀ ਹੈ ਕਿ ਅਸੀਂ ਕਦੇ ਦੇਖੀਏ ਤੇ ਸਹੀ ਜਿਉਂਦੇ ਜੀ ਬੇਨਤੀਆਂ ਕਰੀਏ ਆਪ ਕਿ ਮਾਲਕ ਸਾਨੂੰ ਜਨਮ ਮਰਨ ਤੋਂ ਰੱਖ। ਇਹ ਸ਼ਬਦ ਨੇ ਸਾਹਿਬ ਕਹਿੰਦੇ ਦੇਹੀ ਗਾਵਾ, ਇੱਕ ਸ਼ਬਦ ਹੁੰਦਾ ਗਾਮ, ਗਾਮ ਦਾ ਅਰਥ ਹੁੰਦਾ ਪਿੰਡ ਨਗਰ,
ਸਰੀਰ ਜਿਹੜਾ ਸਾਡਾ ਇੱਕ ਪਿੰਡ ਦੀ ਤਰ੍ਹਾਂ, ਇੱਕ ਸ਼ਹਿਰ ਦੀ ਤਰ੍ਹਾਂ, ਇੱਕ ਨਗਰ ਦੀ ਤਰ੍ਹਾਂ, ਜੀਓ ਧਰਮ ਹੈ ਤੋਂ ਤੇ ਜਿੰਦ ਜਿਹੜੀ ਇਹਦੇ ਵਿੱਚ ਚੌਧਰੀ ਬਣ ਕੇ ਰਹਿੰਦੀ। ਜਿੰਦ ਇੱਥੋਂ ਦੀ ਜੀਓ ਜਿਹੜਾ ਇਹ ਸਰੀਰ ਦਾ ਸਰਦਾਰ, ਇਹ ਗਾਵਾ ਜੀਓ ਧਰਮ ਹੈ ਤੋਂ ਬੱਚੇ ਪੰਜ ਕਿਰਸਾਨਾ। ਹੁਣ ਇਸ ਚੌਧਰੀ ਦੇ ਅੱਗੇ ਪੰਜ ਕਿਰਸਾਨ ਰਹਿੰਦੇ। ਹੁਣ ਪੰਜ ਕਿਰਸਾਨ ਕਿਹੜੇ ਰਹਿੰਦੇ ਜੀ? ਉਹਦੇ ਸਾਹਿਬ ਨੇ ਫਿਰ ਸ਼ਬਦ ਵਰਤੇ ਕਿ ਪੰਜ ਕਿਰਸਾਨ ਅਰਥ ਕਰਾਂਗੇ ਕਾਮ ਕ੍ਰੋਧ ਲੋਭ ਅਹੰਕਾਰ। ਨਹੀਂ, ਪੰਜ ਕਿਰਸਾਨ ਨੇ ਮੈਨੂੰ ਤਾਂ ਨੇਤਰ ਨਖਤੋ ਨੱਕ ਕਹਿਣ ਲੱਗੇ। ਬੱਚਾ ਪੰਜ ਕਿਰਸਾਨਾ ਮੈਨੂੰ ਨਖਤੋ ਸਰਬ ਨੂੰ, ਸਰਬ ਨੂੰ ਦਾ ਅਰਥ ਹੈ ਕੰਨ ਨੱਕ। ਸਾਹਿਬ ਕਹਿਣ ਲੱਗੇ ਅੱਖਾਂ ਮੈਨੂੰ ਨਖਤੋ ਸਰਬ ਨੂੰ ਰਸ ਪੱਤ, ਰਸ ਪੱਤ ਦਾ ਅਰਥ ਹੈ ਰਤਨਾ। ਇੰਦਰੀ ਕਰਿਆ ਨਮਾਨਾ ਤੇ ਵਿਸ਼ਵ ਭੋਗਣ ਵਾਲੀ ਇੰਦਰੀ, ਇਹ ਪੰਜ ਮਾਨੋ ਕਿਰਸਾਨ ਨੇ। ਮੈਨੂੰ ਨਖਤੋ ਸਰਬ ਨੂੰ ਰਸ ਪੱਤ ਇੰਦਰੀ ਕਰਿਆ ਨਮਾਨਾ। ਪਰ ਬਦ ਕਿਸਮਤੀ ਹੋਵੇ ਕਿ ਇਹ ਪੰਜੇ ਦੇ ਪੰਜੇ ਜਿਹੜੇ ਕਿਰਸਾਨ ਨੇ ਨਾ, ਜਿੰਦ ਦੀ ਗੱਲ ਮੰਨਦੀ ਕੋਈ ਨੀ, ਆਪਣੀ ਮਨ ਮਰਜ਼ੀ ਕਰੀ ਜਾਂਦੇ। ਨੇਤਰਾਂ ਨੇ ਕਦੇ ਮੰਨੀ ਇਹ ਗੱਲ? ਜਿੰਦ ਗੁਰੂ ਜੀ ਤਾਂ ਕਹਿੰਦੇ ਨੇ ਕਿ ਇਹ ਨੇਤਰੋ ਮੇਰਿਓ ਹਰ ਤੂੰ ਮੈਂ ਜੋਤ ਧਰੀ, ਹਰ ਦਿਨ ਅਵਰ ਨਾ ਦੇਖੋ ਕੋਈ, ਹਰ ਦਿਨ ਅਵਰ ਨਾ ਦੇਖੋ ਕੋਈ। ਪਰ ਬਦ ਕਿਸਮਤ ਇਹਨਾਂ ਨੂੰ ਗੁਰੂ ਵਿੱਚੋਂ ਵੀ ਗੁਰੂ ਨੀ ਨਜ਼ਰ ਆਉਂਦਾ, ਇਹਨਾਂ ਨੇ ਆਮ ਬੰਦੇ ਵਿੱਚੋਂ ਰੱਬ ਕਿੱਥੇ ਦੇਖ ਲੈਣਾ। ਗੁਰੂ ਸਾਹਿਬ ਨੇ ਕਿਹਾ ਭਾਈ ਕੰਨ ਮਿਲੇ ਨੇ, ਜੇ ਸਰਬ ਨੂੰ ਮੇਰੇ ਸੱਚੇ ਸੋਨੇ ਨੋ ਪਛਾਏ, ਸੱਚੇ ਸੋਨੇ ਨੋ ਪਛਾਏ, ਸਰੀਰ ਲਾਏ ਸੁਣੋ ਸੱਤ ਬਾਣੀ, ਜਿਸ ਸੁਣੀ ਮਨ ਤਨ ਹਰਿਆ ਹੋਵਾ ਰਤਨਾ ਰਸ ਮਾਣੀ, ਸੱਤ ਅਲੱਖ ਵਡਾਣੀ ਤਾਂ ਕਿ ਗੱਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚੇ ਸੋਨੇ ਨੋ ਪਛਾਏ, ਕੰਨ ਦਿੱਤੇ ਤਨ ਸੱਚ ਨੂੰ ਸੁਣ ਲਈ। ਪਰ ਹੈਰਾਨਗੀ ਦੀ ਗੱਲ, ਇਹਨਾਂ ਜਿਹੜੇ ਸਰਬਣੂ ਨੇ ਕੰਨਾਂ ਨੇ ਵੀ ਪਰਵਾਹ ਨਹੀਂ ਕੀਤੀ, ਰਚਨਾ ਦਿੱਤੀ ਸੀ ਤੇ ਨਾਲ ਸ਼ਬਦ ਕਿਹਾ ਕਿ ਪਿਆਰਿਆ ਕਿ ਦੇਖੀ ਕਿ ਰੱਬ ਨੇ ਤੈਨੂੰ ਦਿੱਤੀ ਇਹ ਜ਼ਬਾਨ, ਤੇ ਇੱਕ ਕੰਮ ਕਰੀ ਰਚਨਾ ਜਪੀ ਹੈ, ਏਕ ਨਾਮ ਕੀਆ ਸੁਖ ਆਨੰਦ ਘੜਾ ਆਗੈ ਜੀਤੈ, ਸੰਗ ਕਾਮ ਜਪੇਗਾ ਰਚਨਾ ਨਾਲ ਤੇ ਸੁਖ ਮਿਲੇਗਾ ਤੇ ਅੱਗੇ ਜਿੰਦ ਨਾਲ ਤੇਰੇ ਨਾਮ ਜਾਏਗਾ। ਤੇ ਰਚਨਾ ਨੇ ਗੱਲ ਮੰਨੀ। ਸਾਹਿਬ ਕਿਰਪਾਲੂ ਜੀ ਕਹਿੰਦੇ ਦੇਖੋ ਮੈਨੂੰ ਨਖਤੂ ਸਰਬ ਨੂੰ ਰਸ ਪੱਤ ਇੰਦਰੀ ਕਿਹਾ ਨਾ ਮਾਨਾ। ਤੇ ਬਾਬੇ ਸੁਖਬੀਰ ਨੇ ਤੇਰੇ ਗੱਲ ਬੜੀ ਠੋਕ ਕੇ ਕਹੀ, ਮੈਂ ਕਿੰਨਾ ਸਵਾਦ ਆ ਗਿਆ ਰੱਬ ਦੀ ਭਗਤੀ ਕਰਨ ਦਾ। ਜੇ ਭਜਨ ਗੰਦਗੀ ਵਿੱਚ ਕੋਈ ਗੁੜੰਦ ਹੋਵੇ ਤੇ ਕਬੀਰ ਦੀ ਤਰ੍ਹਾਂ ਕਹਿਣ ਲੱਗੇ ਬਾਬਾ ਆਪਣਾ ਬਸੋ ਇਹ ਗਾਓ, ਮੈਂ ਇਸ ਪਿੰਡ ਵਿੱਚ ਗਾਓ ਦਰ ਵਿੱਚ ਸਰੀਰ ਵਿੱਚ ਮੈਂ ਨੀ ਤੁਰਤ ਤੁਰਤ ਕਿਉਂ ਰਹਿਣਾ, ਮੈਂ ਕੋਈ ਨੀ ਇਸ ਘਰ ਵਿੱਚ ਆ ਕੇ ਵਸਣਾ ਬਾਬਾ ਆਪਣਾ ਬਸੋ ਇਹ ਗਾਓ, ਕਿਉਂ ਨੀ ਆਉਣਾ ਜੀ? ਕਹਿਣ ਲੱਗੇ ਘੜੀ ਘੜੀ ਦਾ ਲੇਖਾ ਮੰਗੈ ਕਾਇ ਚੇਤੂ ਨਾਓ। ਹੁਣ ਇੱਥੇ ਥੋੜੇ ਜੇ ਮੈਂ ਰੁਕ ਕੇ ਬੇਨਤੀ ਕਰਨੀ ਚਾਹੁੰਦਾ। ਦੇਖੋ ਇਹ ਸ਼ਬਦ ਚ ਬੜੀ ਵਾਰੀ ਮਿਰਤਕਾ ਦੇ ਭੋਗ ਚ ਪੜ੍ਹਨੇ ਆ ਤੇ ਰਤਨ ਰਿਵਾਜ ਚ ਬੰਦੇ ਪੜ੍ਹਨੇ ਆ, ਪਰ ਇਹਨਾਂ ਅਰਥਾਂ ਨੂੰ ਕਦੇ ਕਰਕੇ ਦੇਖੀਏ। ਅਸਲ ਵਿੱਚ ਇਹ ਮਰੇ ਹੋਏ ਪ੍ਰਾਣੀ ਲਈ ਅਰਥ ਨਹੀਂ, ਇਹ ਤਾਂ ਇੱਕ ਜਿਉਂਦਾ ਆਪਣੀ ਸੰਤ ਖਲਾਸੀ ਕਰਨ ਵਾਸਤੇ ਭਗਤ ਰੱਬ ਦੇ ਚਰਨਾਂ ਵਿੱਚ ਬੇਨਤੀ ਕਰਦਾ, ਮੈਂ ਤੇਰੀ ਬੰਦਗੀ ਕਰਕੇ ਇਹਨਾਂ ਵਿਕਾਰਾਂ ਤੋਂ ਖਹਿਰਾ ਕਰਾ ਜਾਣਾ, ਹੁਣ ਮੈਂ ਪਰਤ ਕੇ ਸਰੀਰ ਵਿੱਚ ਨਹੀਂ ਆਉਂਦਾ। ਬਾਬਾ ਆਪਣਾ ਬੱਚੋ ਇਹ ਗਾਓ, ਘੜੀ ਘੜੀ ਕਾ ਲੇਖਾ ਮੰਗੈ ਕਾਇਤ ਚੇਤੂ ਨਾਓ। ਹੁਣ ਇੱਥੇ ਚੇਤੂ ਦਾ ਅਰਥ ਜਿਹੜਾ ਚੇਤਨਾ ਨਹੀਂ, ਕਾਇਤ ਦਾ ਆਖਰੀ ਅਰਥ ਹੁੰਦਾ ਜਿਹਨੂੰ ਕਿਹਾ ਜਾਂਦਾ ਹੈ, ਜਿਹਨੂੰ ਕਹਿੰਦੇ ਨੇ। ਚੇਤੂ ਦਾ ਆਖਰੀ ਅਰਥ ਚਿੱਤਰ ਗੁਪਤ,
ਚਿੱਤਰ ਗੁਪਤ ਦਾ ਅਰਥ ਵੈਸੇ ਤਾਂ ਸਿਆਣਿਆਂ ਨੇ ਬੜੇ ਬੜੇ ਕੀਤੇ ਨੇ। ਪਿਛਲੇ ਦਿਨ ਗੁਰਮਤਿ ਗਿਆਨੀ ਜੀ ਦੱਸ ਰਹੇ ਸਨ ਕਿ ਚਿੱਤਰ ਗੁਪਤ ਦੇ ਅਰਥ ਇਹ ਨੇ ਕਿ ਜਿਹੜਾ ਸਾਡੇ ਅੰਦਰ ਦੀਆਂ ਗੁਪਤ ਤਸਵੀਰਾਂ ਨੂੰ ਵੀ ਜਾਣਦਾ ਪਿਆ। ਭਾਵੇਂ ਜੀ ਕਹਿੰਦੇ ਆ ਕਿ ਚਿੱਤਰ ਗੁਪਤ ਦੋ ਮੋਢਿਆਂ ਤੇ ਬੈਠੇ ਨੇ ਤੇ ਮੈਂ ਕਈ ਵਾਰੀ ਅਰਥ ਕਰਨਾ ਹੁੰਦਾ ਅਸਲ ਵਿੱਚ ਸਾਰੀ ਖੇਡ ਪਰਮਾਤਮਾ ਦੀ ਆਪਣੀ ਹੈ। ਕਈ ਗੱਲਾਂ ਐਸੀਆਂ ਨੇ ਜਿਹੜੀ ਸਾਡੀ ਬਾਹਰ ਦੀ ਗੱਲ ਹੈ, ਹੋ ਸਕਦਾ ਕਿ ਅੰਦਰ ਦਾ ਭੇਦ ਕਿਤੇ ਨਾ ਦਈਏ। ਚਿੱਤਰ ਗੁਪਤ ਦਾ ਅਸਲੀ ਅਰਥ ਇਹ ਵੇ ਕਿ ਅੰਦਰ ਦੀਆਂ ਤਸਵੀਰਾਂ ਗੁਪਤ ਜਿਹੜੀਆਂ ਸਾਨੂੰ ਦਿਸਦੀਆਂ ਨੇ ਤੇ ਰੱਬ ਵਰਗਾ ਉਹ ਸਾਡੇ ਅੰਦਰ ਦੀਆਂ ਗੁਪਤ ਤਸਵੀਰਾਂ ਨੂੰ ਵੀ ਜਾਣਦਾ, ਕਿਉਂਕਿ ਉਹਦਾ ਸੁਭਾਗ ਹੈ ਕਿ ਘੱਟ ਘੱਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ ਤੋਂ ਸਾਡੇ ਅੰਦਰ ਦੇ ਗੁਪਤ ਚਿੱਤਰ ਵੀ ਜਾਣਦਾ ਹੈ। ਉਹਦੇ ਮੈਂ ਸ਼ਬਦ ਵਰਤੇ ਕਿ ਕਾਇਮ ਚੇਤੋ ਨਾਓ, ਮੈਂ ਇਸ ਕਰਕੇ ਸਰੀਰ ਵਿੱਚ ਨਹੀਂ ਆਉਣਾ ਕਿ ਜਿਹਨੂੰ ਚਿੱਤਰ ਗੁਪਤ ਕਹਿੰਦੇ ਨੇ ਉਹ ਘੜੀ ਪਿੱਛੋਂ ਕੰਮ ਕਰਦਾ ਵੀ ਤੇਰਾ ਲੇਖਾ ਹੋਣਾ, ਕਹਿਣ ਲੱਗੇ ਮੈਂ ਲੇਖੋ ਵਾਲੇ ਪਾਸੇ ਪੈਣਾ ਹੀ ਨਹੀਂ ਹੋਣਾ। ਦੇਖੋ ਸ਼ਬਦ ਵਰਤੇ ਨੇ ਕਿ ਬਾਬਾ ਰੱਬ ਦਾ ਬਸਵੇ ਦਾਓ ਘੜੀ ਘੜੀ ਦਾ ਲੇਖਾ ਮੰਗਦਾ ਕਾਇਮ ਚੇਤੋ ਨਾਓ। ਹੁਣ ਅਗਲਾ ਸੋਕੇ ਕਹਿੰਦੇ ਨੇ ਜਿਨ੍ਹਾਂ ਦੀ ਖਾਤਰ ਤੂੰ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਤਬਾਹ ਕਰ ਦਿੱਤਾ। ਫਿਰ ਬਾਬਾ ਕਬੀਰ ਜੀ ਕਹਿੰਦੇ ਨੇ ਧਰਮ ਰਾਏ ਜਬ ਲੇਖਾ ਮੰਗੇ ਬਾਕੀ ਨਿਕਸੀ ਭਾਰੀ, ਬਾਕੀ ਨਿਕਸੀ ਭਾਰੀ ਦਰ ਤੇ ਮੇਰੇ ਸਿਰ ਤੇ ਕਰਜ਼ਾ ਦੇਣਾ ਰਹਿ ਗਿਆ। ਜਦੋਂ ਧਰਮ ਰਾਜ ਨੇ ਲੇਖਾ ਮੰਗਣਾ ਤੇ ਕੀ ਕਰਜ਼ਾ ਲਾ ਲੈਗਾ। ਅੱਗੇ ਸਾਹਿਬ ਕਹਿੰਦੇ ਨੇ ਪੰਚ ਕਿਰਸਾਨਵਾ ਭਾਗ ਗਏ। ਹੁਣ ਦੇਖੋ ਪੰਚ ਕਿਰਸਾਨਵਾ ਕਿਹੜੇ ਸਨ। ਫਿਰ ਸਾਨੂੰ ਇਹ ਸ਼ਬਦ ਦੇ ਅਰਥ ਦੇਖਣ ਲਈ ਉਤਲੀਆਂ ਤੁਕਾਂ ਤੇ ਜਾਣਾ ਪਏਗਾ ਜਿਹਨੂੰ ਅਸੀਂ ਪੜ੍ਹ ਕੇ ਆਏ ਹਾਂ ਕਿ ਬੱਚਾ ਪੰਜ ਕਿਰਸਾਨਾ ਮੈਨੂੰ ਨਸਤੂ ਸਰਬ ਨੂੰ ਰੱਬ ਪਤ ਕਿੰਦਰੀ ਤੇਰੇ ਨਾ ਮਾਨਾ ਪੰਜ ਕਿਰਸਾਨਵਾ ਭਾਗ ਗਏ ਲੈ ਸਮਝਿਓ ਜੀਓ ਸਰਦਾਰੀ। ਚੇਤ ਤੋਂ ਲੇਖਾ ਮੰਗਿਆ ਜਾਂਦਾ ਹੈ ਤੇ ਪੰਜ ਕਿਰਸਾਨ ਦਾ ਅਰਥ ਹੈ ਮੈਂ ਅਰਥ ਕੀਤੀ ਸੀ ਅੱਖਾਂ ਨੇ ਪਰਾਇਆ ਰੂਪ ਚੱਕਿਆ ਮਨ ਨੂੰ ਮਲੀਨ ਕੀਤਾ। ਪਰ ਕਦੀ ਇਹ ਨੀ ਕਿਹਾ ਜਾਂਦਾ ਅੱਖਾਂ ਦਾ ਲੇਖਾ ਪੁੱਛੋ, ਅਸਲ ਵਿੱਚ ਲੇਖਾ ਜਿਸ ਤੋਂ ਪੁੱਛਿਆ ਜਾਂਦਾ। ਇਹ ਅੱਖਾਂ ਤਾਂ ਮੀਤੀਆਂ ਗਈਆਂ ਜਿਨ੍ਹਾਂ ਤੇ ਸਾਰੀ ਜ਼ਿੰਦਗੀ ਪਰ ਧਨ ਪਰ ਧਨ ਵਿਸ਼ਵ ਵਿਕਾਰ ਸਕੇ। ਮੈਂ ਕਹਿੰਦਾ ਕਈ ਵਾਰੀ ਮੌਤ ਤੋਂ ਪਹਿਲਾਂ ਅੱਖਾਂ ਦੀ ਜੋਤ ਬੰਦ ਹੋ ਜਾਂਦੀ, ਅੱਖਾਂ ਦਾ ਲੇਖਾ ਕਿਵੇਂ ਪੁੱਛਣ। ਸਨ ਜਿਹੜੇ ਨੇ ਉਹ ਪਹਿਲਾਂ ਚਲੇ ਗਏ, ਨਾਖ ਤਾਂ ਇੱਥੇ ਰਹਿ ਗਈ, ਜੀਭ ਇੱਥੇ ਤਾਂ ਰਹਿ ਗਈ, ਇੰਦਰੀ ਇੱਥੇ ਸੜ ਗਈ ਪੁੱਜ ਗਈ ਅੱਗ ਨਾਲ। ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਤੇਰੇ ਅੰਦਰ ਨੂੰ ਖੁਆਰ ਕੀਤਾ ਇਹਨਾਂ ਨੇ ਤੇ ਸਰੀਰ ਨਾਲ ਇੱਥੇ ਸੜ ਜਾਣਾ, ਲੇਖਾ ਤੇ ਤੇਰੀ ਜਿੰਦ ਨੂੰ ਪੁੱਛਿਆ ਜਾਣਾ। ਪੰਚ ਕਿਰਸਾਨਵਾ ਭਾਗ ਗਏ ਲੈ ਸਾਂਝਿਓ ਜੀਓ ਦਰਬਾਰੀ। ਅਖੀਰ ਤੇ ਜੋ ਗੁਰੂ ਅਰਜਨ ਸਾਹਿਬ ਨੇ ਅੱਜ ਕਿਹਾ ਕਹਿਣ ਲੱਗੇ ਕਹਿਤ ਕਬੀਰ ਸੁਣੋ ਰੇ ਸੰਤੋ। ਫਿਰ ਰੱਬ ਦੇ ਪਿਆਰੇ ਸੰਤ ਜਨੋ ਮੇਰੀ ਗੱਲ ਧਿਆਨ ਨਾਲ ਸੁਣ ਲਓ ਕਿ ਖੇਤ ਹੀ ਕਰੋ ਨਵੇਰਾ। ਇੱਕ ਖੇਤ ਦਾ ਅਕਰੀ ਅਰਥ ਹੈ ਜਿਸ ਮਨੁੱਖਾ ਜਨਮ ਵਿੱਚ ਇਸ ਵੇਲੇ ਹੀ ਕਰੋ ਨਵੇਰਾ ਕਿ ਰੱਬ ਨੇ ਤੁਹਾਨੂੰ ਭਗਤੀ ਦੀ ਦਾਤ ਦਿੱਤੀ ਹੈ, ਇਸ ਜਨਮ ਵਿੱਚ ਹੀ ਤੁਸੀਂ ਆਉਣ ਜਾਣ ਦਾ ਨਵੇੜਾ ਮੁਕਾ ਦਿਓ। ਇਸ ਕਬੀਰ ਸੁਣੋ ਰੇ ਸੰਤੋ ਖੇਤੀ ਕਰੋ ਨਵੇਰਾ ਤੇ ਨਾਲ ਸਿਰਖਾ ਜੀ ਅਰਦਾਸ ਕਰਦੇ ਹੋ ਅੱਜ ਕੀ ਵਾਰ ਬਖਸ਼ ਬੰਦੇ ਕੋ ਬੋਰ ਨਾ ਭਗਤਲ ਤੇਰਾ। ਇੱਕ ਵਾਰੀ ਦਾਤਿਆ ਬਖਸ਼ਣਾ ਪਰਤ ਕੇ ਜਨਮ ਤੇ ਮਰਨ ਦਾ ਤਾਣਾ ਜਿਹੜਾ ਉਹ ਮਿਟ ਜਾਏ। ਤੇ ਮੈਂ ਬੇਨਤੀ ਕਰਾਂ ਜਿਨ੍ਹਾਂ ਨੇ ਗੁਰੂ ਦੀ ਮਿਹਰ ਲਈ ਨਾ ਉਹਨਾਂ ਜਨਮ ਮਰਨ ਨਿਵਾਰ ਲਿਆ। ਸਹਿਬ ਭਾਈ ਸਾਹਿਬ ਭਾਈ ਮਰਦਾਨਾ ਜੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਤਕਰੀਬਨ ਅੱਧੀ ਸਦੀ
50 ਸਾਲ ਦੇ ਕਰੀਬ ਮੇਰੇ ਗੁਰੂ ਨਾਨਕ ਸਾਹਿਬ ਨਾਲ ਰਬਾਬ ਵਜਾਈ। ਤਵਾਰੀਖ ਦੇ ਪੰਨੇ ਪੜ੍ਹੋ, 50 ਸਾਲ ਪੂਰੇ, ਕਈਆਂ ਨੇ 48 ਲਿਖੇ ਨੇ, ਤਕਰੀਬਨ 50 ਤੇ 52 ਦੇ ਕਰੀਬ ਬਣਦੇ। 50 ਸਾਲ ਅੱਧੀ ਸਦੀ ਜਿਸ ਗੁਰਮੁਖ ਨੇ ਰਬਾਬ ਵਜਾਈ ਹੋਵੇਗੀ, ਕਿੰਨਿਆਂ ਕੁ ਭਾਗਾਂ ਵਾਲਾ ਹੋਵੇਗਾ। ਪ੍ਰਿੰਸੀਪਲ ਗੰਗਾ ਜੀ ਹੋਰਾਂ ਨੇ ਇੱਕ ਵਾਰੀ ਭਾਈ ਮਰਦਾਨੇ ਦੇ ਕੀਰਤਨ ਤੇ ਕੁਝ ਕਾਵਕ ਪੰਕਤੀਆਂ ਲਿਖੀਆਂ ਸਨ। ਉਹਨੇ ਤੇ ਉਹ ਕਹਿੰਦੇ ਸਨ, ਲਿਖਦੇ ਨੇ, ਚੱਲ ਕੇ ਪਰੰਦੇ ਟਿਕ ਰਬਾਬ ਕੀ ਮੰਗਾਇਆ ਪਹਿਲਾਂ, ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਬਜਾਣਾ, ਕਿਉਂਕਿ ਭਾਈ ਪਰੰਦੇ ਤੋਂ ਰਬਾਬ ਖਰੀਦੀ ਗਈ, ਉਸ ਤੋਂ ਮੰਗਵਾਈ ਗਈ। ਸਾਹਿਬ ਨੇ ਉੱਥੇ ਸ਼ਬਦ ਵਰਤੇ ਉਹਨਾਂ ਨੇ ਕਿ ਚੱਲ ਕੇ ਪਰੰਦੇ ਟਿਕ ਰਬਾਬ ਕੀ ਮੰਗਾਇਆ ਪਹਿਲਾਂ, ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਬਜਾਣਾ ਸੀ। ਚਾਰੇ ਕੁੰਡ ਤਾਰ ਵੱਜੀ, ਚਾਰੇ ਕੁੰਡ ਤਾਰ ਵੱਜੀ, ਜੰਗਲੀ ਪਹਾੜੀ ਚਲੀ, ਸੁਣੀ ਹੋਇਆ ਪਾਰ ਰਿਹਾ ਆਵਣ ਨਾ ਜਾਣਾ ਸੀ। ਸੱਜਣ ਜੈ ਠੱਗ ਜਗ ਲੋਚੀ ਜੈ ਕਾਵਰਾਂ ਨੇ, ਬਾਬਰ ਜੈ ਜਾਵਰਾਂ ਨੇ ਸੁਣਿਆ ਪਰਾਂਦਾ ਸੀ, ਬਾਬੇ ਦਾ ਰਬਾਬੀ ਰੱਬ ਆਪੀ ਧਿੰਨੀ ਤਾਰ ਜਿਹਦੀ ਨਾਮ ਮਰਦਾਨਾ ਜਗ ਤਾਰ ਨੇ ਬਹਾਨਾ। ਕਹਿੰਦੇ ਉਸ ਦੀ ਤਾਰ ਰੱਬ ਆਪੀ ਧਿੰਨੀ ਤਾਰ ਜਿਹਦੀ ਰੱਬ ਦੀ ਬੰਦਗੀ ਵਿੱਚ ਭਿੱਜੀ ਹੋਈ ਉਹਦੀ ਤਾਰ ਸੀ। ਕਵੀ ਸੰਤੋਖ ਸਿੰਘ ਸਾਹਿਬ ਤੋਂ ਤਾਂ ਕਹਿੰਦੇ ਨੇ ਕਿ ਜਦੋਂ ਮਰਦਾਨੇ ਨੇ ਬਾਹਰ ਦੇ ਇਲਾਕੇ ਵਿੱਚ ਰਬਾਬ ਛੇੜੀ, ਫਿਰ ਖੰਤੇ ਰੋਮਣ ਲਾਗਾ ਵਿਚਰੇ ਉਸ ਸਮੇਂ ਅਪਾਨਾ, ਕਿ ਰੁੱਖਾਂ ਦੇ ਵਿੱਚੋਂ ਵੀ ਅੰਮ੍ਰਿਤ ਪਿੰਜਣ ਲੱਗ ਪੈਂਦਾ ਸੀ ਜਿਸ ਥੱਲੇ ਬੈਠ ਕੇ ਬਾਬਾ ਮਰਦਾਨਾ ਰਬਾਬ ਜਾ ਕੇ ਕੀਰਤਨ ਕਰਦਾ ਸੀ। ਦੇਖੋ ਜਿਹੜੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਆਪ ਖੇਤੀ ਕਰੋ ਨਵੇਰਾ, ਉਹਨਾਂ ਨੇ ਇੰਨਾ ਪਿਆਰ ਨਾਲ ਭਿੱਜ ਕੇ ਕੀਰਤਨ ਕੀਤਾ। ਅੰਤਲਾ ਸਮਾਂ ਗੁਰੂ ਨਾਨਕ ਸਾਹਿਬ ਜੀ ਦੀ ਗੋਦ ਵਿੱਚ ਹੈ। ਹਜ਼ੂਰ ਨੇ ਇੱਕੋ ਗੱਲ ਪੁੱਛੀ ਸੀ, ਮਰਦਾਨਿਆ ਤੂੰ ਆਪਣੀ ਸਾਰੀ ਜ਼ਿੰਦਗੀ ਮੇਰੇ ਨਾਲ ਲਾਈ ਹੈ। ਮੈਂ ਪਿਛਲੇ ਦਿਨ ਅਰਜ਼ ਕੀਤੀ ਸੀ ਉਸ ਗੁਰਮੁਖ ਦਾ ਮਜ਼ਾਕ ਉਡਾਉਣੇ ਆ, ਉਸ ਦੇ ਤਾਰ ਜਿਹੜਾ ਜਿਹੜਾ ਕੋਈ ਚੁਟਕਲਾ ਬਣਾਉਣਾ ਹੋਵੇ, ਕੋਈ ਜੋਕ ਬਣਾਉਣਾ ਹੋਵੇ, ਨਿੱਕਾ ਜਿਹਾ ਮਜ਼ਾਕ ਕਰਨਾ ਹੋਵੇ, ਭਾਈ ਮਰਦਾਨੇ ਨੇ ਜਿਵੇਂ ਬਿਰਬਲ ਨਾਲ ਹਰ ਗੱਲ ਜੋੜੀ ਜਾਂਦੀ ਹੈ ਨਾ ਇੰਡੀਆ ਵਿੱਚ, ਇਸੇ ਤਰ੍ਹਾਂ ਭਾਈ ਮਰਦਾਨੇ ਦਾ ਮਜ਼ਾਕ ਉਡਾਉਣਾ ਮੈਂ ਸੋਚਦਾ ਹੁੰਦਾ ਉਸ ਵੇਲੇ, ਪਤਾ ਨਹੀਂ ਲੋਕਾਂ ਨੂੰ ਸਮਝ ਨਹੀਂ ਕਿ ਉਹ ਵਕਤੇ ਪਰ ਲੜਨ ਹੋਇਆ ਹੈ ਮਰਦਾਨਾ। ਉਹਨੇ 50 ਸਾਲ ਬਾਬੇ ਨਾਨਕ ਦੇ ਨਾਲ ਰਬਾਬ ਮਾਰੀ, ਉਹ ਗੁਰਸਿੱਖੋ ਗੁਰੂ ਅਰਜਨ ਦੇਵ ਤਾਂ ਕਹਿੰਦੇ ਨੇ ਜਿਹਨੇ ਇੱਕ ਵਾਰੀ ਗੁਰੂ ਨਾਨਕ ਨੂੰ ਦੇਖ ਲਿਆ, ਜਨਮ ਮਰਨ ਤੋਂ ਕੱਟਿਆ ਗਿਆ, ਦੁੱਖ ਉਹਦੇ ਕੱਟੇ ਗਏ, ਤੇ ਜਿਹਨੇ 50 ਸਾਲ ਰਬਾਬ ਵਜਾਈ ਉਹਦੇ ਵਿੱਚ ਟਿਚਰਾਂ ਕਰਦੇ ਆ ਕਿ ਇਹ ਗੁਰੂ ਕੇ ਸਿੱਖ ਦੀ ਬੇਅਦਬੀ ਨੇ। ਉਹ ਤੇ ਹਜ਼ੂਰ ਤਾਂ ਕਹਿੰਦੇ ਨੇ ਮੈਂ ਮੂਰਖ ਕੀ ਚੇਤਕ ਬਾਤ ਹੈ, ਕੋਟ ਪਰਾ ਵੀ ਤਰਿਆ ਰੇ, ਗੁਰੂ ਨਾਨਕ ਜੀ ਨੇ ਸੁਣਿਆ ਸਿੱਖਿਆ ਤੇ ਫਿਰ ਗਰਭਾਤਮਾ ਪਰਿਆ ਰੇ। ਉਹਨਾਂ ਨੇ ਕੇਵਲ ਸੁਣਿਆ ਨਹੀਂ, ਮਰਦਾਨੇ ਨੇ ਕੇਵਲ ਸਿੱਖਿਆ ਨਹੀਂ, ਸੱਚ ਜਾਣੋ ਮਰਦਾਨੇ ਨੇ ਗੁਰੂ ਨਾਨਕ ਨੂੰ ਕਾਵਿਆ, ਉਹਨਾਂ ਦੀ ਬਾਣੀ ਗਾਈ ਹੈ। ਅੱਜ ਭਾਈ ਮਰਦਾਨਾ ਜਦੋਂ ਅੰਤਲਾ ਸਮਾਂ ਆਇਆ, ਹਜ਼ੂਰ ਕਹਿੰਦੇ ਨੇ ਮਰਦਾਨਿਆ ਕਿ ਤੂੰ ਆਪਣੀ ਸਾਰੀ ਜ਼ਿੰਦਗੀ ਲਾ ਦਿੱਤੀ, ਦੇਖ ਜੇ ਤੂੰ ਚਾਹੇ ਕਿ ਤੇਰੇ ਜਾਣ ਤੋਂ ਬਾਅਦ ਤੇਰੇ ਸਰੀਰ ਨੂੰ ਜਲ ਪ੍ਰਵਾਹ ਕਰੀਏ, ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਦਾ ਸੀਸ ਮੇਰੇ ਗੁਰੂ ਨਾਨਕ ਸਾਹਿਬ ਦੀ ਗੋਦ ਵਿੱਚ ਹੀ ਅੰਤ ਲੈ ਜਾਵੇ। ਕਹਿਣ ਲੱਗੇ ਜੇ ਤੂੰ ਕਹੇ ਤਾਂ ਤੈਨੂੰ ਅਸੀਂ ਅਗਨ ਭੇਟ ਕਰੀਏ ਜਾਣ ਤੋਂ ਬਾਅਦ, ਤੂੰ ਕਹੇ ਤਾਂ ਤੇਰੀ ਸਰੀਰ ਨੂੰ ਧਰਤੀ ਵਿੱਚ ਖਾਕ ਦੇ ਸਪੁਰਦ ਕਰੀਏ,
ਕਹਿੰਦੇ ਭਾਈ ਸਾਹਿਬ ਨੇ ਨੇਤਰ ਖੋਲੇ ਤੇ ਬਾਬੇ ਨਾਨਕ ਨੂੰ ਕਹਿੰਦੇ ਨੇ ਵਾਹ ਬਾਬਾ ਅਜੇ ਵੀ ਦੇਹ ਦੀਆਂ ਗੱਲਾਂ ਤੇ ਭਾਈ ਮਨੀ ਸਿੰਘ ਉਹਨਾਂ ਦੀ ਜਨਮ ਸਾਖੀ ਦੇ ਸ਼ਬਦ ਨੇ ਵਾਹ ਬਾਬਾ ਅਜੇ ਵੀ ਦੇਹ ਦੀਆਂ ਬਾਤਾਂ ਤੇ ਹੱਥ ਕੇ ਕਹਿੰਦੇ ਮਰਦਾਨਿਆਂ ਚਿੱਤ ਕਰਦਾ ਹੈ ਕਿ ਤੇਰੇ ਜਾਣ ਤੋਂ ਬਾਅਦ ਕਿ ਤੇਰੇ ਸਰੀਰ ਨੂੰ ਕਬਰ ਵੀ ਦਫਨਾ ਕੇ ਉੱਥੇ ਪੱਥਰ ਲਾ ਦੇਈਏ ਲੋਕ ਤੇਰੀ ਕਬਰ ਪੂਜਣਗੇ ਧਿਆਨ ਦਿਆ ਕਿ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਇਹਦਾ ਮਤਲਬ ਇਹ ਨਾ ਸਮਝੋ ਕਬਰਾਂ ਪੂਜਣ ਦੀ ਗੱਲ ਕਰਨ ਲੱਗਾ ਕਹਿਣ ਲੱਗੇ ਤੇਰੀ ਕਬਰ ਤੇ ਲੋਕ ਸਿੱਜਦੇ ਕਰਨਗੇ ਤੇ ਕਹਿੰਦੇ ਨੇ ਭਾਈ ਮਰਦਾਨੇ ਨੇ ਨੇਤਰ ਸੇਜਲ ਕਰਕੇ ਬੜੀ ਭਾਵਨਾ ਨਾਲ ਕਿਹਾ ਸਤਿਗੁਰੂ ਜੀ ਤਾਰ ਵਜਾ ਕੇ ਜਿਹੜਾ ਮਤਲਬ ਭਾਵ ਵਜਾ ਕੇ ਕੀਰਤਨ ਕਰਕੇ ਮੁਸ਼ਕਿਲ ਨਾਲ ਇਸ ਚਮੜੇ ਦੀ ਕਬਰ ਵਿੱਚੋਂ ਨਿਕਲਿਆ ਵਾ ਸਰੀਰ ਵੀ ਤਾਂ ਚਮ ਦੀ ਕਬਰ ਹੈ ਨਾ ਤੇਰੀ ਕੀਰਤੀ ਕਰਕੇ ਤੇਰੇ ਨਾਲ ਸ਼ਬਦ ਗਾ ਕੇ ਚਮੜੇ ਦੀ ਕਬਰ ਵਿੱਚੋਂ ਨਿਕਲਿਆ ਹੁਣ ਚਮ ਦੀ ਕਬਰ ਵਿੱਚੋਂ ਕੱਢ ਕੇ ਪੱਥਰਾਂ ਦੀ ਕਬਰ ਵਿੱਚ ਲੱਗੀ ਜਿੱਥੇ ਤੂੰ ਰਹੇਗਾ ਮੈਨੂੰ ਆਪਣੇ ਚਰਨਾਂ ਦੀ ਥਾਂ ਦੇ ਦੇ ਬਸ ਮੈਨੂੰ ਹੋਰ ਕੁਛ ਨਹੀਂ ਚਾਹੀਦਾ ਕਿਤੇ ਕੁਝ ਸਿੱਖ ਦੀ ਭਾਵਨਾ ਹੋ ਜਾਏ ਅੱਜ ਮੇਰੇ ਗੁਰੂ ਅਰਜਨ ਸਾਹਿਬ ਨੇ ਜਿਹੜਾ ਸ਼ਬਦ ਕਿਹਾ ਨਾ ਇਹ ਆਰੰਭ ਹੁੰਦਾ ਹੈ ਪ੍ਰਭ ਜਨਮ ਮਰਨ ਨਿਵਾਰ ਸਮਰਥ ਕੀਤੀ ਕਿ ਪੂਰੇ ਅੰਕ ਮੈਂ ਸ਼ਬਦ ਅੱਜ ਤੇ ਅਰਥ ਆਪਾਂ ਇੱਕ ਕਰਨਾ ਕਹਿੰਦੇ ਹੇ ਪ੍ਰਭੂ ਤੁਸੀਂ ਮਿਹਰ ਕਰੋ ਮੇਰਾ ਜਨਮ ਤੇ ਮਰਨ ਨਿਵਾਰ ਕਰਕੇ ਖਤਮ ਕਰ ਦਿਓ ਹਾਰ ਕਰਿਓ ਦੁਆਰ ਮੈਂ ਕਈ ਜਨਮਾਂ ਵਿੱਚ ਸਰੀਰ ਧਾਰਨ ਕਰ ਕਰਕੇ ਅਖੀਰ ਤੇ ਹਾਰ ਕੇ ਤੇਰੇ ਦਰਵਾਜ਼ੇ ਤੇ ਡਿੱਗ ਪਿਆ ਜੈ ਚਰਨ ਸਾਧੂ ਸੰਗ ਮੈਨੂੰ ਅੱਜ ਤੇਰੀ ਬੰਦਗੀ ਕਰਨ ਵਾਲੇ ਮਿਲ ਗਏ ਨੇ ਮੈਂ ਉਹਨਾਂ ਸੰਤਾਂ ਦੇ ਸਾਧੂਆਂ ਦੇ ਚਰਨ ਘੁੱਟ ਕੇ ਪਕੜ ਲਏ ਮਨ ਮਿਸ਼ਟ ਹਰ ਹਰ ਰੰਗ ਮਿਸ਼ਟ ਦਾ ਅਖਰੀ ਅਰਥ ਹੁੰਦਾ ਮਿੱਠਾ ਤੇ ਰੰਗ ਦਾ ਅਰਥ ਕਾਲਾ ਪੀਲਾ ਚਿੱਟਾ ਨਹੀਂ ਇਸ ਰੰਗ ਦਾ ਅਰਥ ਪਿਆਰ ਦੇਖੋ ਕਈ ਸ਼ਬਦ ਐਸੇ ਨੇ ਅਸੀਂ ਰੰਗ ਦਾ ਅਰਥ ਵੀ ਕਰਨਾ ਹਰ ਨਾਮ ਹਰ ਰੰਗ ਹੈ ਹਰ ਰੰਗ ਮਜੀਤ ਹੈ ਰੰਗ ਰੰਗ ਦਾ ਅਰਥ ਹੁੰਦਾ ਅੱਜ ਜਿਵੇਂ ਕੁਝ ਰੰਗਾਂ ਦੇ ਨਾਂ ਨੇ ਇਹ ਪੀਲਾ ਇਹ ਕਾਲਾ ਇਹ ਹਰਾ ਇਹ ਲਾਲ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਰੰਗ ਦਾ ਅਰਥ ਪਿਆਰ ਵੀ ਹੈ ਇੱਕ ਗੁਰੂ ਅਰਜਨ ਸਾਹਿਬ ਦਾ ਸ਼ਬਦ ਹੁੰਦਾ ਠਾਕੁਰ ਗਾਇਆ ਆਤਮ ਰੰਗ ਸ਼ਰਨੀ ਪਾਵਨ ਨਾਮ ਧਿਆਵਨ ਸਹਿ ਸਮਾਵਨ ਸੰਗ ਇਸ ਤੋਂ ਪਹਿਲੀ ਤੋਕ ਆਉਂਦੀ ਹੈ ਜਾਪੋ ਹਰ ਰੰਗ ਲਾਗੋ ਇੱਕ ਜੁਗਮੈ ਤੇ ਕਦੇ ਅਸੀਂ ਸੋਚੀਏ ਖਾਂ ਰੰਗ ਲਾਗੋ ਦਾ ਅਰਥ ਹੋ ਸਕਦਾ ਵੀ ਇਹਨੂੰ ਰੰਗ ਲੱਗ ਗਿਆ ਆਪਾਂ ਸ਼ਬਦ ਵਰਤਣੇ ਮੇਰੇ ਬਸਤਰਾਂ ਨੂੰ ਫਲਾਣੇ ਦਾ ਫਲਾਣਾ ਰੰਗ ਲੱਗ ਗਿਆ ਹਜ਼ੂਰ ਕਹਿੰਦੇ ਠਾਕੁਰ ਗਾਇਆ ਆਤਮ ਰੰਗ ਹੁਣ ਰੰਗ ਦਾ ਲੱਗਣਾ ਤੇ ਰੰਗ ਦਾ ਪਾਉਣਾ ਬੜਾ ਫਰਕ ਹੈਗਾ ਸਿੱਧੇ ਸ਼ਬਦ ਆਇਆ ਕਿ ਜਾਪੋ ਹਰ ਰੰਗ ਲਾਗੋ ਇਹਦਾ ਅਰਥ ਜਿਹਨੂੰ ਨਾਮ ਦਾ ਰੰਗ ਲੱਗ ਗਿਆ ਲਾਲੀ ਚੜ ਗਈ ਹੈ ਤੇ ਜਿੱਥੇ ਅਸੀਂ ਪੜ੍ਹਦੇ ਠਾਕੁਰ ਗਾਇਆ ਆਤਮ ਰੰਗ ਉੱਥੇ ਰੰਗ ਦਾ ਅਰਥ ਪ੍ਰੇਮ ਜਿਹੜਾ ਠਾਕੁਰ ਨੂੰ ਪ੍ਰੇਮ ਵਿੱਚ ਭਿੱਜ ਕੇ ਗਾਉਂਦਾ ਹਜ਼ੂਰ ਨੇ ਸ਼ਬਦ ਵਰਤੇ ਮਨ ਮਿਸ਼ਟ ਹਰ ਹਰ ਰੰਗ ਰੰਗ ਦਾ ਅਰਥ ਇੱਥੇ ਪਿਆਰ ਤੇ ਤੇਰਾ ਪਿਆਰ ਮੇਰੇ ਅੰਦਰ ਨੂੰ ਮਿੱਠਾ ਲੱਗਣ ਲੱਗ ਪੜੇ ਕਰ ਗਿਆ ਰਿਹੋ ਲੜਦਾ ਹੈ ਤੁਸੀਂ ਦਇਆ ਕਰੋ ਮਾਲਕ ਜੀ ਮੈਨੂੰ ਆਪਣੇ ਪੱਲੇ ਨਾਲ ਜੋੜ ਲਓ ਲੜ ਨਾ ਲਾ ਲਓ ਨਾਨਕਾ ਨਾਮ ਧਿਆਏ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਤੇਰੇ ਨਾਮ ਨੂੰ ਅਸੀਂ ਧਿਆ ਸਕੀਏ ਦੀਨਾ ਨਾਥ ਦਿਆਲ ਮੇਰੇ ਸਵਾਮੀ ਗਰੀਬਾਂ ਤੇ ਦਇਆ ਕਰਨ ਵਾਲੇ ਮੇਰੇ ਸਵਾਮੀ ਦੀਨਾ ਨਾਥ ਦਿਆਲ ਤੇਰੇ ਵਰਗਾ ਗਰੀਬਾਂ ਦਾ ਦਿਆਲੂ ਤੇਰੇ ਵਰਗਾ ਗਰੀਬਾਂ ਤੇ ਕਿਰਪਾ ਕਰਨ ਵਾਲਾ ਕੋਈ ਨਹੀਂ
ਕਹਿਣ ਲੱਗੇ ਦੀਨਾ ਨਾ ਦਿਆਲ, ਮੇਰੇ ਸਵਾਮੀ ਦੀਨਾ ਨਾ ਦਿਆਲ, ਚਾਚੋ ਚਾਚੋ ਦਰ ਤੇ ਮੈਂ ਮੰਗਦਾ ਸੰਤ ਰਵਾਲ ਆਪਣੇ ਰੱਬ ਦੇ ਪਿਆਰੇ ਸੰਤ ਜਨ ਜਿਹੜੇ ਨੇ ਉਹਨਾਂ ਦੇ ਚਰਨਾਂ ਦੀ ਧੂੜ ਜਾਂ ਮੰਗਣਾ, ਜਿਹੜੇ ਤੇਰੇ ਬੰਦਗੀ ਕਰਨ ਵਾਲੇ ਨੇ ਨਾ ਉਹਨਾਂ ਦੇ ਚਰਨਾਂ ਦੀ ਧੂੜ ਦੇ ਦੇ, ਮੈਨੂੰ ਉਹਨਾਂ ਦੀ ਖਾਕ ਬਣਾ ਦੇ। ਤੇ ਸੱਚ ਜਾਣੇ ਗੁਰਮੁਖੋ, ਬੰਦਗੀ ਵਾਲੇ ਦੇ ਚਰਨਾਂ ਦੀ ਧੂੜ ਮਿਲ ਗਿਆ ਤੇ ਬੰਦੇ ਦੀ ਸਾਰੀ ਜ਼ਿੰਦਗੀ ਹੀ ਰੰਗੀ ਜਾਂਦੀ ਹੋਵੇ ਬੰਦਗੀ ਵਾਲਾ। ਹਜ਼ੂਰ ਨੇ ਇੱਕ ਸ਼ਬਦ ਵਰਤਿਆ ਜਦੋਂ ਅਸੀਂ ਪੜ੍ਹਨੇ ਆ ਨਾ, ਹਉ ਕੁਰਬਾਨੇ ਜਾਓ ਮਿਹਰਬਾਨਾ, ਹਉ ਕੁਰਬਾਨੇ ਜਾਓ, ਹਉ ਕੁਰਬਾਨੇ ਜਾਓ, ਤਿੰਨਾਂ ਕੇ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ, ਤਿੰਨਾਂ ਕੇ ਹਉ ਸਤ ਕੁਰਬਾਨੇ ਜਾਓ। ਇੱਕ ਬਚਨ ਹੁੰਦਾ ਕਾਇਆ ਰੰਗਣ ਜੇਤੀ ਪਿਆਰੇ ਪਾਈਆ ਨਾਉ ਮਜੀਤ, ਰੰਗਣ ਵਾਲਾ ਜੇ ਰੰਗਾ ਸਾਹਿਬ ਐਸਾ ਰੰਗ ਨਾ ਜੀਤ, ਜਿਨ ਕੇ ਚੋਲੇ ਰਤਨੇ ਪਿਆਰੇ ਕੰਤ ਤਿੰਨਾਂ ਕੇ ਪਾਸ, ਧੂੜ ਤਿੰਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ, ਮੈਨੂੰ ਉਹਨਾਂ ਦੇ ਚਰਨਾਂ ਦੀ ਧੂੜ ਦੇ ਦੇ। ਮੇਰੇ ਸਾਹਿਬ ਕਿਰਪਾਲੂ ਗੁਰੂ ਅਰਜੁਨ ਦੇਵ ਕਾਬਲ ਤੋਂ ਸੰਗਤ ਆਈ, ਆਪ ਉਹਨੂੰ ਅੱਗੇ ਲੈ ਚਲੇ ਗਏ। ਕਈ ਬਜ਼ੁਰਗ ਐਸੇ ਸਨ ਵਿੱਚ ਜਿਹੜੇ ਤੁਰੇ ਨੇ ਥੱਕ ਗਏ ਨੇ, ਰਾਤ ਨੂੰ ਆਪ ਉਹਨਾਂ ਦੀ ਜਾ ਕੇ ਮੁੱਠਾ ਚਾਤੀ ਕੀਤੀ, ਉਹਨਾਂ ਦੀਆਂ ਲੱਤਾਂ ਘੁੱਟੀਆਂ। ਤੇ ਸਵੇਰੇ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ, ਹਰ ਇੱਕ ਦਾ ਚਿੱਤ ਕਰਦਾ ਕਿ ਕਈ ਦਿਨਾਂ ਦਾ ਸਬਰ ਕੀਤਾ ਗੁਰੂ ਅਰਜਨ ਦੇਵ ਜੀ ਦੇ ਮੈਂ ਦਰਸ਼ਨ ਪਹਿਲਾਂ ਕਰਾਂ। ਤੇ ਸਵਾਲ ਪੈਦਾ ਹੋਇਆ ਜੋੜਿਆਂ ਵਿੱਚ ਕੌਣ ਖੜਾ ਹੋਵੇਗਾ, ਸਮਾਨ ਦੀ ਰਾਖੀ ਕੌਣ ਕਰੇਗਾ। ਤੇ ਧੰਨ ਗੁਰੂ ਅਰਜਨ ਸਾਹਿਬ ਕਿਰਪਾਲੂ ਜੀ, ਪਾਠ ਸਾਹਿਬ ਅੱਗੇ ਗੁਰ ਸਿਖਾਓ, ਤੁਸੀਂ ਦਰਸ਼ਨ ਕਰੋ ਜੋੜਿਆਂ ਦੀ ਰਾਖੀ ਮੈਂ ਬਹਿ ਜਾਣਾ। ਇਹ ਹਕੀਕਤ ਹੈ। ਜਦੋਂ ਸਿੱਖ ਅੰਦਰ ਗਏ ਪੁੱਛਿਆ ਧੰਨ ਗੁਰੂ ਅਰਜਨ ਸਾਹਿਬ ਕਿੱਥੇ ਨੇ, ਤੇ ਬਾਬਾ ਬੁੱਢਾ ਸਾਹਿਬ ਜੀ ਬੜੇ ਦੇਰਾਜ ਵਿੱਚ ਆਏ, ਆ ਕੇ ਕਹਿਣ ਲੱਗੇ ਹੋ ਗੁਰੂ ਕੇ ਸਿਖਾਓ, ਜਿਸ ਦਾਤੇ ਦੀਆਂ ਰਹਿਮਤਾਂ ਤੁਸੀਂ ਲੈਣ ਆਏ ਹੋ ਤਾਂ ਰਾਤ ਦੇ ਤੁਹਾਡੇ ਕੋਲ ਪਹੁੰਚੇ, ਜਿਹੜਾ ਤੁਹਾਡੀਆਂ ਲੱਤਾਂ ਨੂੰ ਘੁੱਟਦਾ ਪਿਆ ਸੀ ਉਹ ਗੁਰੂ ਅਰਜਨ ਦੇਵ ਹੈ, ਤੇ ਜਿਹਨਾਂ ਨੂੰ ਤੁਸੀਂ ਜੋੜਿਆਂ ਵਿੱਚ ਖੜਾ ਕਰਕੇ ਆਏ ਹੋ ਉਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਿੱਖ ਆਏ, ਦੌੜ ਕੇ ਸਾਹਿਬ ਗੁਰੂ ਅਰਜਨ ਦੇਵ ਦੇ ਚਰਨਾਂ ਵਿੱਚ ਟਿਕੇ। ਉਸ ਵੇਲੇ ਬਾਬਾ ਬੁੱਢਾ ਸਾਹਿਬ ਨੇ ਕਿਹਾ, ਦਾਤਾ ਜੀ ਇਹ ਕੀ ਖੇਡ ਵਰਤਾਉਂਦੇ ਹੋ ਆਪ? ਤੇ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਇੱਕ ਬਚਨ ਕਿਹਾ ਸੀ, ਬਾਬਾ ਜੀ ਤੁਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਹੋ, ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਨੇ, ਆ ਜਿਹੜੇ ਜੋੜੇ ਪਏ ਨੇ ਆਮ ਮਨੁੱਖਾਂ ਦੇ ਨਹੀਂ, ਇਹ ਜਿਹੜੇ ਪੈਰ ਤੁਰ ਕੇ ਆਏ ਨੇ ਜਿਨ੍ਹਾਂ ਪੈਰਾਂ ਵੀ ਜੋੜੇ ਪਏ ਸਨ, ਇਹਨੇ ਸ਼ਬਦ ਪੜ੍ਹਦੇ ਭਾਵਨਾ ਨਾਲ ਕਾਬਲ ਦੀ ਧਰਤੀ ਤੋਂ ਤੁਰੇ ਨੇ, ਇਹਨਾਂ ਦੇ ਜੋੜਿਆਂ ਵਿੱਚ ਗੁਰੂ ਨਾਨਕ ਸਾਹਿਬ ਦਾ ਜੋੜਾ ਪਿਆ ਹੋਇਆ। ਮੈਂ ਤਾਂ ਉਹਨਾਂ ਦੇ ਚਰਨਾਂ ਦੀ ਸੇਵਾ ਪਿਆ ਕਰਨਾ। ਦਾਦਾ ਜੀ ਕਹਿੰਦੇ ਨੇ ਚਾਚੋਂ ਸੰਤ ਰਵਾਲ, ਮੈਨੂੰ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਮਿਲ ਗਈ। ਸੰਸਾਰ ਦਿਖਿਆ ਕੂਪ, ਕੂਪ ਦਾ ਮੈਥੋਂ ਸੰਸਾਰ ਤਾਂ ਇੱਕ ਜ਼ਹਿਰ ਦਾ ਕੂਪ ਹੈ। ਤਮ ਅਗਿਆਨ, ਤਮ ਦਾ ਅਰਥ ਹਨੇਰਾ, ਅਗਿਆਨਤਾ ਦਾ ਹਨੇਰਾ, ਮੂਰਤ ਕੂਪ, ਕੂਪ ਹਨੇਰੇ ਵਿੱਚ ਬੰਦਾ ਖੱਜਿਆ ਗਿਆ ਹੈ। ਪੂਜਾ ਪ੍ਰਭ ਜੀ ਲੇਖੋ, ਪੂਜਾ ਦਾ ਅਰਥ ਹੈ ਬਾਣ, ਹੈ ਦਰਸ਼ ਦਾ ਪਕੜਨਾ। ਹੇ ਮੇਰੇ ਪਿਆਰੇ ਪ੍ਰਭੂ ਜੀ, ਖੂਹ ਵਿੱਚ ਡਿੱਗੇ ਪਏ ਆ, ਹਨੇਰੇ ਵਿੱਚ ਚੱਕਰਾਂ ਪੈ ਮਾਰ ਰਹੇ ਆ, ਸਮਝ ਕੋਈ ਨੀ ਪੈਂਦੀ, ਸਾਡੀ ਬਾਹ ਪਕੜ ਕੇ ਸਾਨੂੰ ਇੱਥੋਂ ਬਚਾ ਲਓ। ਹਰ ਨਾਮ ਆਪਣਾ ਦੇਖੋ ਮੇਰੇ ਮਾਲਕ ਜੀ, ਕਿਰਪਾ ਕਰੋ ਸਾਨੂੰ ਬਾਹ ਪਕੜਾਓ ਤੇ ਆਪਣੇ ਨਾਮ ਦੀ ਦਾਤ ਦਿਓ। ਪ੍ਰਭ
ਤੁਝ ਬਿਨਾ ਨੀ ਖਾਓ ਨਾਨਕਾ ਬੰਨ ਬਣ ਜਾਓ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਤਾਂ ਤੁਹਾਡੇ ਦਰ ਤੇ ਪੁਕਾਰਨਾ, ਤੇਰੇ ਤੋਂ ਬਿਨਾ ਹੋਰ ਕੋਈ ਥਾਂ ਹੀ ਨਹੀਂ, ਮੈਂ ਬਾਹਰ ਦੇ ਬਲਿਹਾਰ ਨਹੀਂ ਜਾਣਾ। ਤੇ ਅੱਗੇ ਫਿਰ ਕਹਿੰਦੇ ਨੇ ਮੇਰੇ ਆਪਣਾ ਗੁਰ ਕੋਈ ਨਹੀਂ, ਜੇ ਮੈਂ ਇਹ ਕਹਾਂ ਵੀ ਤੁਸੀਂ ਮੇਰੀ ਬਾਹ ਤਾਂ ਪੜੋ, ਮੈਂ ਭਗਤੀ ਕਰਨਾ, ਮੈਂ ਸਿਮਰਨ ਕਰਨਾ, ਮੈਂ ਸੇਵਾ ਕਰਨਾ, ਮੈਂ ਬੰਦਗੀ ਬੜੀ ਕਰਨਾ, ਕਹਿ ਲੱਗੇ ਸਾਡਾ ਸੁਭਾਅ ਲੋਭ ਮੋਹ ਬਾਂਝੀ ਦੇ, ਇੱਥੇ ਲੋਭ ਦੇ ਭੱਬੇ ਨੂੰ ਸਿਹਾਰੀਏ, ਮੋਹ ਦੇ ਵਾਹੇ ਨੂੰ ਸਿਹਾਰੀਏ, ਲੋਭ ਮੋਹ ਬਾਂਝੀ ਦੇ, ਇਹ ਦਰਦ ਕਰਾਂਗੇ ਲੋਭ ਵਿੱਚ ਮੋਹ ਵਿੱਚ, ਸਾਡਾ ਸਰੀਰ ਬੱਝਾ ਤੇ ਅੰਦਰ ਲੋਭ ਤੇ ਮੋਹ ਹੈ। ਬਿਨ ਭਜਨ ਹੋਵਤ ਖੇ, ਸਾਨੂੰ ਇਹ ਵੀ ਪਤਾ ਵੀ ਭਜਨ ਦੀ ਸਿਮਰਨ ਦੀ ਹੋਂਦ ਹੈ ਤਾਂ ਸਰੀਰ ਠੀਕ ਹੈ, ਤੇ ਜੇ ਭਜਨ ਬੰਦਗੀ ਨਹੀਂ ਇਸ ਮਿੱਟੀ ਦੀ ਮਰੋਲੀ ਨੇ ਇੱਕ ਦਿਨ ਢਹਿ ਕੇ ਮਿੱਟੀ ਹੋ ਜਾਣਾ। ਜਿਵੇਂ ਭਜਨ ਹੋਵਤ ਖੇ ਜਮਦੂਤ ਮਹਾਂ ਭਿਆਨ, ਸਾਹਮਣੇ ਮਹਾਂ ਭਿਆਨਕ ਜਮਦੂਤ ਨੇ, ਚਿੱਤ ਗੁਪਤ ਕਰਮਾ ਜਾਣ, ਚਿੱਤ ਗੁਪਤ ਮੇਰੇ ਅੰਦਰ ਦੇ ਕਰਮਾਂ ਨੂੰ ਜਾਣਦਾ ਪਿਆ। ਜਿਨ ਰੈਨ ਸਾਖ ਪੜਾਏ, ਸਾਖ ਦਾ ਅਖਰੀ ਅਰਥ ਦੇ ਗਵਾਹੀ ਦੇਣੀ, ਕਹਿੰਦੇ ਜੇ ਮੈਂ ਝੂਠ ਵੀ ਬੋਲਾਂ ਨਾ ਵੀ ਮੈਂ ਮਾੜਾ ਕਰਮ ਨੀ ਕੀਤਾ, ਕਹਿੰਦੇ ਜਿਹੜੇ ਦਿਨ ਚੜ੍ਹਦਾ ਨਾ ਇਹ ਦਿਨ ਗਵਾਹੀ ਲਏਗਾ, ਦਿਨ ਬੋਲ ਕੇ ਕਹੇਗਾ ਕਿ ਫਲਾਣੇ ਸਮੇਂ ਤੋਂ ਆਪ ਕਰਮ ਕੀਤਾ ਜੀ। ਰਾਤ ਦੇ ਦਿਨ ਦੋਨੇ ਗਵਾਹ ਨੇ, ਜਦੋਂ ਰੱਬ ਦੇ ਘਰ ਵਿੱਚ ਲੇਖਾ ਪੁੱਛਿਆ ਜਿਨ੍ਹਾਂ ਦੇ ਸਾਹਮਣੇ ਤੋਂ ਕੁਕਰਮ ਕੀਤਾ, ਰਾਤ ਵੀ ਬੋਲੇਗੀ ਤੇ ਦਿਨ ਵੀ ਬੋਲੇਗਾ। ਇਹਦਾ ਮਤਲਬ ਇਹ ਹੈ ਵੀ ਜਿਹੜੇ ਤੂੰ ਕਰਮ ਕਰਨਾ ਨਾ ਦਿਨ ਤੇ ਰਾਤ, ਮੱਤ ਜਾਣੀ ਕੋਈ ਜਾਣਦਾ ਨੀ, ਦਿਨ ਤੇ ਰਾਤ ਗਵਾਹੀ ਤਾਂ ਦਿੰਦੇ ਨੇ ਬੰਦਾ ਇਹ ਕਰਮ ਕਰ ਰਹੇ। ਦਿਨ ਰਹਿਣ ਸਾਥ ਸੁਣਾਏ ਨਾਨਕਾ ਹਰ ਸਰਨਾਏ, ਧੰਨ ਗੁਰੂ ਅਰਜਨ ਸਾਹਿਬ ਜੀ ਨੇ ਖਰੀ ਜੀ ਤੁਹਾਡੀ ਸ਼ਰਨ ਵਿੱਚ ਆਇਆ। ਹੁਣ ਅੱਗੇ ਦੱਸਣੇ ਮੇਰੇ ਮਾਲਕ ਜੀ ਭੈ ਭੰਜਣਾ ਮੁਰਾਰ, ਜਿਹੜੇ ਡਰ ਨੇ ਉਹਨਾਂ ਨੂੰ ਭੰਜਣ ਵਾਲਾ ਤੂੰ ਮੁਰਾਰੀ, ਕਰ ਦਇਆ ਪਤਤ ਉਧਾਰ, ਮੇਰੇ ਤੇ ਦਇਆ ਕਰ, ਮੈਨੂੰ ਪਾਪੀ ਨੂੰ ਤਾਰ ਦੇ, ਹਰ ਗੁਣ ਨਿਧੇ ਗੋਪਾਲ, ਹਰੀ ਗੁਣਾਂ ਦਾ ਨਿਧੇ ਦਰ ਤੇ ਖਜ਼ਾਨਾ, ਧਰਤੀ ਦੀ ਪਾਲਣਾ ਕਰਨ ਵਾਲਾ, ਸਰਬ ਘੱਟ ਪ੍ਰਤਪਾਲ, ਸਾਰੀਆਂ ਘਟਾਂ ਦੀ ਤੁਸੀਂ ਪ੍ਰਤਪਾਲਣਾ ਕਰਦੇ ਹੋ, ਮਨ ਪ੍ਰੀਤ ਕਹਿ ਓਟ ਚਿਤਵ ਨਾਥ, ਚਿਤਵੀ ਨਾਥ, ਹੇ ਸਵਾਮੀ ਮੈਂ ਤੁਹਾਡੀ ਓਟ ਗਈ ਤੁਹਾਨੂੰ ਚੇਤੇ ਕਰਨਾ, ਨਾਨਕਾ ਹੇ ਰੱਖ ਹੱਥ ਜੇ ਪ੍ਰਭੂ, ਧੰਨ ਗੁਰੂ ਪੰਚਮ ਪਿਤਾ ਕਹਿੰਦੇ ਨੇ ਮੈਨੂੰ ਹੱਥ ਦੇ ਕੇ ਰੱਖ ਲਓ। ਇਹਦਾ ਮਤਲਬ ਇਹ ਨਹੀਂ, ਅਸੀਂ ਕਈ ਜੀ ਗੁਰੂ ਅਰਜਨ ਦੇਵ ਕਹਿੰਦੇ ਨੇ ਫਰਮਾਉਂਦੇ ਨੇ ਜਾਂ ਰਹਿਮਤ ਪੈ ਕਰਦੇ ਨੇ, ਫਿਰ ਵੀ ਸਾਨੂੰ ਤਰੀਕਾ ਦੱਸ ਦਿੰਦੇ ਨੇ, ਇਸ ਤਰੀਕੇ ਨਾਲ ਮਾਲਕ ਦੇ ਚਰਨਾਂ ਵਿੱਚ ਬੇਨਤੀ ਕਰੀ ਬੰਦਿਆ, ਤੇਰੀ ਬਾਂਹ ਰੱਬ ਜ਼ਰੂਰ ਪਕੜੇਗਾ। ਹੁਣ ਅਗਲਾ ਬਚਨ ਹੈ, ਸਾਹਿਬ ਕਹਿੰਦੇ ਨੇ ਸਭ ਮਨ ਪ੍ਰੀਤ ਦਰਸ਼ਨ ਪਿਆਸ, ਮੇਰੇ ਮਨ ਵਿੱਚ ਤੇਰੇ ਦਰਸ਼ਨਾਂ ਦੀ ਪਿਆਸ ਦੀ ਇੱਕ ਪ੍ਰੀਤ ਪੈਦਾ ਹੋ ਗਈ। ਗੋਬਿੰਦ ਪੂਰਨ ਆਸ, ਹੇ ਪ੍ਰਭੂ ਜੀ ਇਸ ਜਨਮ ਵਿੱਚ ਮੇਰੀ ਆਸ ਪੂਰੀ ਕਰ ਦਿਓ, ਇੱਕ ਨਿਮਕ ਰਹਿਣ ਨਾ ਜਾਏ, ਅੱਖ ਝਮਕਣ ਜਿਤਨਾ ਸਮਾਂ ਮੈਂ ਤੇਰੀ ਬੰਦਗੀ ਤੋਂ ਬਿਨਾਂ ਨਹੀਂ ਰਹਿ ਸਕਦਾ। ਵੱਡ ਭਾਗ ਨਾਨਕ ਪਾਏ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜੇ ਵੱਡੇ ਭਾਗ ਹੋਣ ਤਾਂ ਇਹ ਸਾਸ ਮਿਲਦੀ ਹੈ ਦਰਸ਼ਨ ਪਿਆਸ। ਅਗਲਾ ਬਚਨ ਕੀਤਾ ਉਹਨੇ, ਹੇ ਮਾਲਕ ਜੀ ਪ੍ਰਭ ਤੁਝ ਬਿਨਾਂ ਨੀ ਖੋਰ, ਤੇਰੇ ਤੋਂ ਬਿਨਾਂ ਪਰਮਾਤਮਾ ਸਾਡਾ ਕੌਣ, ਅਸਲੀ ਅਤੇਜ ਹੈ ਬੰਦੇ ਨੂੰ ਸਮਝ ਜਦੋਂ ਪੈਂਦੀ ਹੈ ਰੱਬ ਮੇਰਾ, ਜਦੋਂ ਸਾਰੇ ਜਿਹੜਾ ਸਾਥ ਸਾਜਾ, ਉਸ ਤੋਂ ਪਹਿਲਾਂ ਨੀ ਮਰਦਾ। ਮੇਰੇ ਭਰਾ ਨੇ, ਮੇਰੀਆਂ ਭੈਣਾਂ ਨੇ, ਮੇਰੇ ਰਿਸ਼ਤੇਦਾਰ ਨੇ, ਮੇਰੇ ਮਿੱਤਰ ਨੇ,
ਦਾਦਾ ਜੀ ਕਹਿੰਦੇ ਜਦੋਂ ਇੱਕ ਇੱਕ ਕਰਕੇ ਤੈਨੂੰ ਠੋਕਰ ਮਾਰੇਗਾ ਫਿਰ ਤੂੰ ਕਹੇਗਾ ਰੱਬ ਤੋਂ ਬਿਨਾ ਮੇਰਾ ਕੋਈ। ਹਜ਼ੂਰ ਨੇ ਇੱਕ ਸ਼ਬਦ ਵਰਤਿਆ ਕਿ ਜਾ ਕੋ ਮੁਸ਼ਕਲ ਅੱਤ ਬਣੇ ਧੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਥ ਤੇ ਭੱਜ ਖਲੇ, ਸਭੇ ਭੱਜੋ ਆਸਰਾ ਕਹਿਣ ਲੱਗੇ ਸਭੇ ਭੱਜੋ ਆਸਰਾ ਚੁੱਕੇ ਸਭ ਅਸਰਾਓ ਚਿਤ ਆਵੇ ਉਹ ਪਾਰ ਬ੍ਰਹਮ ਲੱਗੇ ਨਾ ਪਤੀ ਵਾਓ। ਕਹਿੰਦੇ ਉਦੋਂ ਪਤਾ ਲੱਗਾ ਜਦੋਂ ਸਾਰੇ ਛੱਡ ਜਾਂਦੇ। ਸਹਿ ਮੇਰਾ ਤੇ ਦਾਸੇ ਜੀ ਕਹਿੰਦੇ ਨੇ ਪ੍ਰਭੂ ਜੀ ਕਿ ਤੇਰੇ ਤੋਂ ਬਿਨਾਂ ਕੋਈ ਨੀ। ਮਨਪ੍ਰੀਤ ਚੰਦ ਚਕੋਰ, ਜਿਵੇਂ ਚਕੋਰ ਚੰਦਰਮਾ ਨੂੰ ਪਿਆਰ ਕਰਦੀ ਮੈਂ ਤੇਰੇ ਚਰਨਾਂ ਨੂੰ ਪ੍ਰੀਤ ਕਰਦਾ। ਹਜ਼ੂਰ ਜੀ ਬਖਸ਼ਿਸ਼ ਕਰਦੇ ਨੇ ਜੋ ਮੀਨ ਜਲ ਤੋਂ ਖੇਤ, ਜਿਵੇਂ ਮੀਨ ਦਰ ਤੇ ਮੱਛੀ ਪਾਣੀ ਨੂੰ ਪਿਆਰ ਕਰਦੀ ਏ। ਅਲ ਕਮਲ ਭਿੰਨ ਨਾ ਭੇਦ, ਅਲ ਕਮਲ ਦੋ ਸ਼ਬਦ ਨੇ, ਅਲ ਦਰ ਤੇ ਭਵਰਾ, ਜਿਵੇਂ ਕਮਰਾ ਭਵਰਾ ਕਮਲ ਦੇ ਫੁੱਲ ਤੇ ਬਹਿ ਜਾਂਦਾ ਆਪਣੇ ਆਪ ਨੂੰ ਵੱਖ ਨਹੀਂ ਕਰਦਾ। ਜੋ ਚੱਕਵੀ ਸੂਰਜ ਆਦਿ, ਦੇਖੋ ਇਹ ਕਿੰਨੀਆਂ ਉਦਾਹਰਨਾਂ ਹੋਈਆਂ, ਜਿਵੇਂ ਚੱਕਵੀ ਸੂਰਜ ਤੇ ਆਸ ਕਰਕੇ ਬੈਠੀਏ ਵੀ ਦਿਨ ਚੜ੍ਹੇਗਾ ਪਿਆਰਾ ਮਿਲਣੇ। ਨਾਨਕ ਚਰਨ ਪਿਆਸ, ਕਹਿੰਦੇ ਨੇ ਮੇਰੇ ਮਨ ਵਿੱਚ ਤੇਰੇ ਚਰਨਾਂ ਦੀ ਪਿਆਸ ਐਸੀ। ਜਬ ਪਰਮ ਭਰਤ ਪ੍ਰਾਣ, ਪਰਮ ਦਾ ਅਰਥ ਜਵਾਨ ਇਸਤਰੀ, ਭਰਤ ਦਾ ਅਰਥ ਪਤੀ, ਪ੍ਰਾਣ ਦਾ ਅਰਥ ਪ੍ਰਾਣਾ ਦਾ ਸਹਾਰਾ ਜਾਂ ਪਿਆਰਾ ਲੱਗਣਾ। ਕਹਿੰਦੇ ਨੇ ਜਿਵੇਂ ਇੱਕ ਜੋਬਨ ਵਿੱਚ ਇਸਤਰੀ ਨੂੰ ਆਪਣਾ ਪਤੀ ਅਰਥ ਦਾ ਪਿਆਰਾ ਲੱਗਦਾ ਦਾਤਾ, ਇਸ ਤਰ੍ਹਾਂ ਤੇਰਾ ਨਾਨਕ ਨੂੰ ਪਿਆਰਾ ਪਿਆ ਲੱਗਦਾ। ਸਾਹਿਬ ਕਹਿਣ ਲੱਗੇ ਜੋ ਲੋਭੀ ਹੈ ਧੰਨ ਦਾਨ, ਕਹਿੰਦੇ ਮੈਂ ਤਾਂ ਇੰਨਾ ਤੈਨੂੰ ਪਿਆਰ ਕਰਨਾ ਵਾ ਜਿਵੇਂ ਇੱਕ ਲਾਲਚੀ ਕੰਜੂਸ ਬੰਦਾ ਰੁਪਈਆਂ ਦਾ ਦਾਨ ਕਦੀ ਵੀ ਕਰਦਾ ਨਹੀਂ। ਕਹਿੰਦੇ ਜਿਵੇਂ ਇੱਕ ਲਾਲਚੀ ਕੰਜੂਸ ਇੱਕ ਢੇਲੀ ਛੱਡਣ ਨੂੰ ਤਿਆਰ ਨਹੀਂ, ਤੇਰੇ ਮਾਲਕ ਦਾ ਦਿਲ ਕਰਦਾ ਕਿ ਸਵਾਸ ਵੀ ਤੇਰੇ ਨਾਮ ਤੋਂ ਬਿਨਾਂ ਨਾ ਜਾਣੇ। ਇੰਨਾ ਮੈਂ ਤੈਨੂੰ ਪਿਆਰ ਕਰਨਾ ਜੋ ਦੁੱਧ ਗਲੈ ਸੰਜੋਗ, ਜਿਵੇਂ ਦੁੱਧ ਦਾ ਤੇ ਪਾਣੀ ਦਾ ਆਪਸੀ ਪਿਆਰ ਹੈ। ਜੋ ਮਾਂ ਖੁਦਿਆਰਥ ਭੋਗ, ਜਿਵੇਂ ਅੱਖ ਦੀ ਭੁੱਖ ਲੱਗੀ ਹੋਵੇ ਕਿਸੇ ਨੂੰ ਤੇ ਉਹਨੂੰ ਪੁੱਛ ਕੇ ਦੇਖੋ ਰੋਟੀ ਨੂੰ ਕਿੰਨਾ ਪਿਆਰ ਕਰਦਾ, ਜੈਸੇ ਭੁੱਖੇ ਭੋਜਨ ਮਾਂ, ਜਿਵੇਂ ਇੱਕ ਭੁੱਖਾ ਰੋਟੀ ਨੂੰ ਪਿਆਰ ਕਰਦਾ ਨਾ ਕੁੱਝ ਨੀ ਪੁੱਛਦਾ, ਜਦੋਂ ਭੁੱਖ ਲੱਗੀ ਹੋਵੇ ਉਹ ਮਰਿਆ ਦਾ ਵੀ ਛੱਡ ਦਿੰਦਾ। ਉਹਨੇ ਨੀ ਦੇਖਣਾ ਹੱਥ ਧੋਣੇ ਕਿ ਨਹੀਂ, ਭੁੱਖ ਵਿੱਚ ਆਇਆ ਹੋਇਆ ਬੰਦਾ ਉਹਨੂੰ ਭੋਜਨ ਮਿਲਣਾ ਚਾਹੀਦਾ। ਕਹਿੰਦੇ ਜਿਵੇਂ ਭੁੱਖਾ ਭੋਜਨ ਨੂੰ ਪਿਆਰ ਕਰਦਾ ਨਾ, ਮੈਂ ਇਸ ਤਰ੍ਹਾਂ ਕੁੱਝ ਨੀ ਸੁਣਦਾ, ਕੇਵਲ ਤੇਰੇ ਨਾਮ ਨੂੰ ਪਿਆਰ ਕਰਨਾ। ਜੋ ਮਾਤ ਪੁੱਤਰ ਹੇਤ, ਜਿਵੇਂ ਮਾਂ ਆਪਣੇ ਪੁੱਤਰ ਨੂੰ ਪਿਆਰ ਕਰਦੀ, ਹਰ ਸਿਮਰ ਨਾਨਕ ਨੇਤ, ਕਹਿੰਦੇ ਨੇ ਇਸ ਤਰ੍ਹਾਂ ਤੂੰ ਰਿਤ ਰੋਜ਼ਾਨਾ ਮਾਲਕ ਨੂੰ ਸਿਮਰਿਆ ਕਰ। ਜੋ ਦੀਪ ਪਤਨ ਪਤੰਗ, ਜਿਵੇਂ ਇੱਕ ਪਤੰਗਾ ਦੀਵੇ ਦੇ ਉੱਤੇ ਆਉਂਦਾ ਤੇ ਆਪਣਾ ਪਤਨ ਆਪਣੇ ਆਪ ਨੂੰ ਖਤਮ ਕਰ ਦਿੰਦਾ। ਤੇ ਸਹਿਬ ਕਹਿਣ ਲੱਗੇ ਇਸੇ ਤਰ੍ਹਾਂ ਮੇਰੇ ਮਾਲਕ ਜੀ, ਜੋ ਚੋਰ ਹਿਰਤ ਨਿਸੰਗ, ਜਿਵੇਂ ਚੋਰ ਚੋਰੀ ਕਰ ਗਿਆ, ਜਿੰਨਾ ਮਰਜ਼ੀ ਕੋਈ ਲੋਕੀ ਮਾੜਾ ਸਹਿਣ ਉਹ ਫਿਰ ਵੀ ਚੋਰੀ ਕਰਨ ਤੋਂ ਬਾਜ ਨਹੀਂ ਆਉਂਦਾ। ਮੈਂ ਕਲੈ ਕੰਮ ਹੈ ਬੰਦ, ਜਿਵੇਂ ਕਾਮੀ ਹਾਥੀ ਕਾਲ ਉਠ ਕੇ ਹਸਤਰੀ ਤੇ ਭਰੋਸਾ ਕਰ ਲੈਂਦਾ ਤੇ ਸਾਰੀ ਜ਼ਿੰਦਗੀ ਆਪਣੇ ਸਿਰ ਤੇ ਕੁੰਡਾ ਸਹਿੰਦਾ। ਜੋ ਗ੍ਰਸਤ ਵਿਖਰੀ ਧੰਦ, ਜਿਵੇਂ ਇੱਕ ਗ੍ਰਿਸ਼ਤੀ ਵਕਾਰਾਂ ਵਿੱਚ ਫਸ ਕੇ ਧੰਦਿਆਂ ਵਿੱਚ ਗਲਤਾਨ ਹੋ ਜਾਂਦਾ। ਜੋ ਜੁਆਰ ਦਿਸਣ ਨਾ ਜਾਏ, ਹਰ ਨਾਨਕ ਇਹ ਉਮਰ ਲਾਏ, ਜਿਵੇਂ ਜੁਆ ਖੇਡਣ ਵਾਲਾ ਸਭ ਕੋਈ ਤਬਾਹ ਕਰਦਾ ਉਹਦੇ ਅੰਦਰ ਦੀ ਬਿਰਤੀ ਨਹੀਂ ਜਾਂਦੀ। ਉਹਨੇ ਦਾ ਭਾਵ ਪਤਾ ਕੀ ਹੈ ਕਿ ਜਿਵੇਂ ਚੋਰ ਚੋਰੀ ਕਰਦਿਆਂ ਨਹੀਂ ਸੰਗਦਾ, ਜਿਵੇਂ ਦੀਵੇ ਤੇ ਪਤੰਗਾ ਸੜਦਿਆਂ ਨਹੀਂ ਸੰਗਦਾ,
ਜਿਵੇਂ ਗ੍ਰਿਸ਼ਤ ਵਿੱਚ ਫਸਿਆ ਹੋਇਆ ਬੰਦਾ ਧੰਦਿਆਂ ਤੋਂ ਨਹੀਂ ਛੁੱਟਦਾ, ਜਿਵੇਂ ਜੂਆ ਖੇਡਣ ਵਾਲਾ ਜੂਏ ਦੀ ਆਸ ਨਹੀਂ ਛੱਡਦਾ, ਕਹਿੰਦੇ ਇਸੇ ਤਰ੍ਹਾਂ ਜੋ ਮਰਜ਼ੀ ਦੁਨੀਆ ਕਹਿੰਦੀ ਰਹੇ ਮੈਂ ਤੇਰੇ ਨਾਮ ਜਪਣ ਨੂੰ ਨਹੀਂ ਛੱਡਦਾ, ਮੇਰੇ ਅੰਦਰ ਇੰਨੀ ਦ੍ਰਿੜਤਾ ਹੈ। ਜੇ ਮਾਰੇ ਕਰਨ ਵਾਲੇ ਇੰਨੀ ਬੇਇੱਜ਼ਤੀ ਹੋਣ ਦੇ ਬਾਵਜੂਦ ਵੀ ਮਾਰੇ ਕਰਨ ਲਈ ਛੱਡਦੇ, ਤੇ ਦਾਦਾ ਤੇਰੀ ਬੰਦਗੀ ਵੀ ਧਰਤੋ ਕਿ ਬੜਾ ਜੋ ਮਰਜ਼ੀ ਦੁਨੀਆ ਕਹਿ ਮੈਂ ਤੇਰੀ ਬੰਦਗੀ ਨਹੀਂ ਛੱਡਦਾ, ਤੇਰਾ ਨਾਮ ਨਹੀਂ ਛੱਡਣਾ। ਤਾਂ ਸਾਹਿਬ ਨੇ ਫਿਰ ਅੱਗੇ ਕਹਿਣ ਲੱਗੇ ਨਾਸ ਕੁਰੰਕ ਨਾਤੈ ਲਿਓ, ਜਿਵੇਂ ਇੱਕ ਖਿਆਰਨ ਘੰਡੇ ਖੇੜੇ ਨੂੰ ਪਿਆਰ ਕਰਦਾ, ਚਾਤਰਿਕ ਚਾਤ ਮੇਹੋ, ਜਿਵੇਂ ਇੱਕ ਚਾਤਰਿਕ ਮੀਂਹ ਨੂੰ ਲੋਚਦਾ ਹੈ, ਜਨ ਜੀਵਨ ਸਤ ਸੰਗ, ਕਹਿੰਦੇ ਦਾਦਾ ਅਸਲੀ ਜ਼ਿੰਦਗੀ ਤਾਂ ਤੇਰੀ ਸਤ ਸੰਗਤ ਵਿੱਚ ਹੈ। ਗੋਬਿੰਦ ਭਜਨਾ ਰੰਗ, ਤੇਰੇ ਗੋਬਿੰਦ ਮਾਲਕ ਤੇਰੇ ਭਜਨ ਦਾ ਰੰਗ ਚੜ੍ਹਦਾ ਸੰਗਤ ਵਿੱਚ, ਰਸਨਾ ਬਖਾਲੇ ਨਾਮ, ਮੇਰੀ ਰਸਨਾ ਤੇਰੇ ਸੰਗਤ ਵਿੱਚ ਬੈਠ ਕੇ ਬਖਾਨੇ ਦਰਸ਼ਨ ਦਾ ਬਖਿਆਲ ਕਰਦੀ, ਨਾਮ ਦਾ ਨਾਨਕ ਦਰਸ਼ਨ ਦਾਨ ਹੈ, ਮੈਨੂੰ ਤੁਸੀਂ ਦਰਸ਼ਨਾਂ ਦਾ ਦਾਨ ਦਿਓ। ਔਰ ਅਖੀਰ ਵਾਲਾ ਪਦ ਹੈ ਜੀ, ਇਹਦੇ ਮੈਂ ਅਰਥ ਕੀਤੀ ਸੀ, ਇੱਕ ਅੰਕ ਦਾ ਵਿੱਚ ਹੁਕਮ ਹੈ, ਗੁਣ ਗਾਏ ਸੁਣ ਲਿਖ ਦੇ। ਕਹਿੰਦੇ ਜੇ ਜ਼ਿੰਦਗੀ ਸਫਲ ਕਰਨੀ ਹੈ ਨਾ, ਤਿੰਨ ਗੱਲਾਂ ਕਹੀਆਂ, ਜਾਂ ਤਾਂ ਰੱਬ ਦੇ ਗੁਣ ਗਾ, ਜੇ ਗਾ ਨਹੀਂ ਸਕਦਾ ਤੇ ਸੁਣ, ਜੇ ਸੁਣ ਨਹੀਂ ਸਕਦਾ, ਰੱਬ ਨੇ ਤੇਰੀ ਕਲਮ ਨੂੰ ਤਾਕਤ ਦਿੱਤੀ ਹੈ ਤੇ ਰੱਬ ਦੇ ਗੀਤ ਲਿਖਣ ਦੀ ਗੱਲ ਕਰਿਆ ਤਾਂ, ਗਾ ਗੁਣ ਗਾਏ ਸੁਣ ਲਿਖ ਦੇ, ਗਾ ਸੁਣ ਤੇ ਲਿਖ ਤੋ ਸਰਬ ਫਲ ਹਰ ਲੇ, ਉਹ ਸਾਰੇ ਫਲ ਰੱਬ ਤੋਂ ਲੈ ਲੈਂਦਾ ਜਿਹਨੂੰ ਗਾਉਣਾ ਸੁਣਨਾ ਤੇ ਲਿਖਣਾ ਆ ਜਾਏ। ਜੇ ਕੋਈ ਲਿਖੇ ਤੇ ਦੇਖੋ ਹੱਥ ਕਿੰਨੇ ਪਵਿੱਤਰ, ਜਿਹੜੇ ਰੱਬ ਦੀ ਸਿਫਤ ਲਿਖਦੇ ਨੇ। ਮੈਂ ਪਰਸੋਂ ਵੀ ਸ਼ਾਮ ਵਿੱਚ ਬੇਨਤੀ ਕੀਤੀ ਸੀ, ਰੱਬ ਨੇ ਕਲਮ ਨੂੰ ਬੜੀ ਵੱਡੀ ਤਾਕਤ ਦਿੱਤੀ, ਪਰ ਇੱਕ ਮੇਰ ਕਰੇ ਦਾਤਾ ਕਲਮ ਚੁੱਕ ਕੇ ਕੋਈ ਕਾਲੇ ਲੇਖ ਨਾ ਲਿਖਣ ਲੱਗ ਪਵੇ। ਹਜ਼ੂਰ ਨੇ ਕਿਹਾ ਪ੍ਰੀਤਾ, ਜੇ ਤੂੰ ਅਕਲ ਲਤੀਫ, ਅਕਲ ਲਤੀਫ ਦਰ ਤੇ ਜੇ ਤੂੰ ਸੂਖਸ਼ਮ ਅਕਲ ਦਾ ਮਾਲਕ ਹੈ ਨਾ, ਰੱਬ ਨੇ ਤੈਨੂੰ ਅੱਖਰ ਪਰੋਣ ਦੀ ਜਾਗ ਦਿੱਤੀ ਹੈ, ਤੇ ਰਾਤ ਅਰਥ ਕੀਤੀ ਸੀ ਤੂੰ ਬਰਾਏ ਬਚਨ ਕਰਦਨ ਆਪ ਦੀ, ਨਾ ਬਰਾਏ ਬਚਨ ਕਰਦਨ ਆਪ ਦੀ। ਜੇ ਰੱਬ ਨੇ ਤੈਨੂੰ ਕਲਮ ਵਿੱਚ ਅੱਖਰ ਦਿੱਤੇ ਨੇ ਤੇ ਯਤਨ ਕਰ ਲੋਕਾਂ ਨੂੰ ਜੋੜਨ ਦਾ, ਇਹ ਕੁਝ ਅੱਖਰ ਨਾ ਲਿਖ ਕੇ ਮਨੁੱਖਤਾ ਨੇ ਕੌਮ ਨੂੰ ਘਰਾਂ ਨੂੰ ਪਾੜ ਕੇ ਰੱਖਦੇ। ਸਾਹਿਬ ਨੇ ਕਿਹਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਕਿਸੇ ਬਾਰੇ ਲਿਖਣ ਤੋਂ ਪਹਿਲਾਂ ਆਪ ਮੇਰੇ ਗਿਣਵਾ ਗਿਰਵਾਣ, ਮੈਂ ਸਿਰ ਨੀਵਾ ਕਰ ਲੇਖ। ਹਜ਼ੂਰ ਮੇਰ ਕਿਆ ਕਰਦੇ ਨੇ, ਕਹਿੰਦੇ ਪਿਆਰਿਆ ਉਹਨੂੰ ਸਾਰੇ ਫਲ ਮਿਲ ਜਾਂਦੇ ਨੇ ਜਿਹੜਾ ਰੱਬ ਦੀ ਸਿਫਤ ਲਿਖਦਾ। ਉਹ ਸਮੂਹ ਕਰਤ ਉਧਾਰ, ਉਹ ਸਮੂਹ ਆਪਣੇ ਸਾਰੇ ਜੀਆਂ ਦਾ ਪਾਰ ਉਤਾਰਾ ਕਰ ਲੈਂਦਾ। ਸੰਸਾਰ ਉਪਰ ਪਾਰ, ਉਹ ਸੰਸਾਰ ਤੋਂ ਭਵਜਨ ਤੋਂ ਪਾਰ ਹੋ ਜਾਂਦੇ ਨੇ। ਹਰ ਚਰਨ ਗੋਏ ਮਿਲ ਸਾਏ, ਪ੍ਰਭੂ ਦੇ ਚਰਨ ਉਹਨਾਂ ਲਈ ਜਹਾਜ਼ ਬਣ ਜਾਂਦੇ ਨੇ, ਪਰ ਬਣਦੇ ਉਹਨਾਂ ਲਈ ਨੇ ਜਿਹੜੇ ਸੰਗਤ ਵਿੱਚ ਬੈਠ ਕੇ ਹਰੀ ਗੁਣ ਗਾਉਂਦੇ ਨੇ। ਨਾ ਹਰ ਸਹਿਜ ਰੱਖੇ ਮੁਰਾਰ, ਹਰ ਨਾਨਕ ਸ਼ਰਨ ਦੁਆਰ। ਧੰਨ ਗੁਰੂ ਅਰਜਨ ਸਾਹਿਬ ਅਖੀਰ ਤੇ ਕਹਿੰਦੇ ਨੇ, ਪਰਮਾਤਮਾ ਆਪਣਿਆਂ ਦੀ ਸਹਿਜ ਰੱਖਦਾ, ਤੇ ਆਰੰਭ ਵਿੱਚ ਵੀ ਕਿਹਾ ਜਾਂਦੇ ਕਿ ਹਾਰ ਭਰਿਓ ਦੁਆਰ, ਅਖੀਰ ਤੇ ਕਹਿੰਦੇ ਹਰ ਸ਼ਰਨ ਹਰ ਨਾਨਕ ਸ਼ਰਨ ਦੁਆਰ, ਤੇਰੇ ਚਰਨਾਂ ਦੀ ਸ਼ਰਨ ਵਿੱਚ ਤੇਰੇ ਦਰ ਤੇ ਡਿੱਗੇ ਹਾਂ। ਵਾਹਿਗੁਰੂ ਮਿਹਰ ਕਰੇ, ਦਾਵਾ ਕਿਸੇ ਚੀਜ਼ ਦਾ ਨਾ ਕਰੀਏ, ਨਾ ਜਪ ਦਾ, ਨਾ ਤਪ ਦਾ, ਨਾ ਬੰਦਗੀ ਦਾ, ਨਾ ਜੀਵਨ ਦਾ, ਨਾ ਵਿਦਵਤਾ ਦਾ, ਨਾ ਕੀਰਤਨ ਦਾ,
ਨਾ ਸਿਆਣਪ ਦਾ, ਨਾ ਚਤੁਰਾਈ ਦਾ, ਨਾ ਅਕਲ ਦਾ, ਨਾ ਸੁਹਾਪਣ ਦਾ। ਇੱਕੋ ਬੇਨਤੀ ਕਰੀਏ ਦਾਤਾ ਸਮਝ ਕੋਈ ਨਹੀਂ, ਸ਼ਰਨ ਆ ਗਿਆ ਸ਼ਰਨ ਆਇਆ ਦੀ ਦੱਖ ਬਸ। ਤੇ ਜਦੋਂ ਸ਼ਰਨ ਆਈਏ ਨਾ, ਐਵੇਂ ਨਹੀਂ ਸ਼ਰਨ ਆ ਰਿਹਾ ਇੱਕ ਗੱਲ ਕਰੀਏ ਤੋਂ ਮੈਂ ਆਇਆ, ਸ਼ਰਨੀ ਆਇਆ, ਭਰੋਸਾ ਆਇਆ, ਕਿਰਪਾ ਆਇਆ, ਜੋ ਭਾਵੇ ਜੋ ਰਾਖੋ ਸਵਾਮੀ ਮਾਰਗ ਗੁਰੇ ਬਿਠਾਇਆ। ਪਰ ਪੜਤਾਲ ਦੇ ਸ਼ਬਦ ਕਹਿੰਦੇ ਕਮਾਲ ਦੀ, ਤੋਂ ਮੈਂ ਆਇਆ ਮੈਂ ਤੇਰੇ ਕੋਲ ਨਾ ਪਿਆ, ਸ਼ਰਨੀ ਆਇਆ ਮੈਂ ਆਕਰ ਕੇ ਨੀ, ਮੈਂ ਤੇਰੀ ਸ਼ਰਨ ਵਿੱਚ ਆਇਆ, ਭਰੋਸਾ ਆਇਆ ਮੈਂ ਯਕੀਨ ਨਾਲ ਆਇਆ, ਕਿਰਪਾ ਆਇਆ ਤੇਰੀ ਮਿਹਰ ਲੈਣ ਆਇਆ, ਤੋਂ ਮੈਂ ਆਇਆ, ਸ਼ਰਨੀ ਆਇਆ, ਭਰੋਸਾ ਆਇਆ, ਕਿਰਪਾ ਆਇਆ, ਜੋ ਭਾਵੇ ਜੋ ਰਾਖੋ ਸਵਾਮੀ। ਸ਼ਰਨ ਆਉਣ ਦਾ ਮਤਲਬ ਜਿਵੇਂ ਤੈਨੂੰ ਚੰਗਾ ਲੱਗਦਾ ਰੱਖ ਲਈ, ਤੇ ਜਿਹੜੇ ਸ਼ਰਨ ਵੀ ਜਾਂਦੇ ਨੇ ਫਿਰ ਦਾਅਵੇ ਨੀ ਕਰਦੇ। ਸ਼ਰਨ ਮੰਗਣ ਵਾਲਿਆਂ ਦਾ ਹੱਕ ਕੋਈ ਨੀ ਹੁੰਦਾ। ਤੇ ਕੋਈ ਦੂਜੇ ਮੁਲਕ ਵੀ ਜਾ ਕੇ ਕਹਿੰਦਾ ਮੈਨੂੰ ਤੁਸੀਂ ਸ਼ਰਨ ਦੇ ਦਿਓ, ਜੇ ਕੋਈ ਮੁਲਕ ਵਾਲਿਆਂ ਦੀ ਆਪਣੀ ਬਿਰਦਤ ਹੈ, ਉਹਨਾਂ ਦੀ ਆਪਣੀ ਵਿਆਜਤ ਹੈ, ਕਹਿਣ ਵੀ ਤੈਨੂੰ ਅਸੀਂ ਆਪਣੇ ਨਾਗਰਿਕ ਆਪਣੇ ਸਿਟੀਜਨ ਦੇ ਬਰਾਬਰ ਤੈਨੂੰ ਥਾਂ ਦੇ ਦਿੰਦੇ ਹਾਂ, ਬਾਕੀ ਜਿਹੜਾ ਸ਼ਰਨ ਵੀ ਜਾਂਦਾ ਉਹਦਾ ਹੱਕ ਕੋਈ ਨੀ ਮੰਗਦਾ ਹੁੰਦਾ। ਕਿਉਂਕਿ ਉਹ ਤੇ ਆਪ ਆਇਆ ਤਰਲੇ ਲੈ ਕੇ ਨਾ ਮੈਨੂੰ ਜ਼ਿੰਦਗੀ ਦੇ ਚਾਰ ਦਿਨ ਜੀਣ ਲਈ ਦੇ ਦਿਓ ਥਾਂ। ਸਾਹਿਬ ਕਹਿੰਦੇ ਨੇ ਪਿਆਰਿਆ ਉੱਥੇ ਬੇਨਤੀ ਕਰ, ਕਿਉਂ ਭਾਵ ਹੈ ਤੂੰ ਰਾਖੋ ਸਵਾਮੀ ਮਾਰੇ ਗੁਰੇ ਬਿਠਾਇਆ, ਮੈਨੂੰ ਗੁਰੂ ਨੇ ਤੇਰੀ ਸ਼ਰਨ ਵਿੱਚ ਭੇਜਿਆ, ਤੇ ਸ਼ਰਨ ਵਿੱਚ ਆਇਆ ਦੇ ਦਾਅਵੇ ਖਤਮ ਨੇ। ਇਬਰਾਹਿਮ ਨੇ ਇਬਰਾਹਿਮ ਦੀ ਜ਼ਿੰਦਗੀ ਵਿੱਚ ਪੈਸਾ ਤੇ ਗੁਲਾਮ ਨੇ ਲਿਆਂਦਾ ਸੀ, ਖਰੀਦ ਕੇ ਲਿਆਂਦਾ ਸੀ। ਗੁਲਾਮ ਤੈਨੂੰ ਪੁੱਛਿਆ ਕਿ ਬੇਟਾ ਖਾਣਾ ਕੀ ਪਸੰਦ ਕਰੇਗਾ, ਕਹਿੰਦਾ ਜਿਹੜਾ ਮਰਜ਼ੀ ਦੇ ਦੇ, ਰਹਿਣਾ ਕਿਤੇ ਪਸੰਦ ਕਰੇਗਾ, ਕਹਿੰਦਾ ਜਿਹੜੇ ਮਰਜ਼ੀ ਕੋਠੇ ਦੇ ਦੱਸ ਦਿਆ ਜੀ, ਕੱਪੜੇ ਕਿਹੋ ਜਿਹਾ ਪਾਏਗਾ, ਕਹਿੰਦਾ ਜਿਹੜੇ ਤੁਹਾਨੂੰ ਚੰਗੇ ਲੱਗਣਗੇ। ਉਹਨੇ ਚੌਥਾ ਸਵਾਲ ਕੀਤਾ ਤੈਨੂੰ ਨਾ ਕਿਹੜੇ ਨਾਲ ਪੁਕਾਰੀਏ, ਕਹਿੰਦਾ ਜਿਹੜੀ ਗੱਲ ਕਹਿੰਦਾ ਮੈਂ ਨਾ ਹੀ। ਉਹ ਕਹਿੰਦੇ ਤੇਰੀ ਆਪਣੀ ਮਰਜ਼ੀ ਕੋਈ ਨੀ, ਕੱਪੜੇ ਵੀ ਸਾਡੀ ਮਰਜ਼ੀ ਦੇ, ਖਾਣਾ ਵੀ ਸਾਡੀ ਮਰਜ਼ੀ ਦਾ, ਰਹਿਣਾ ਵੀ ਸਾਡੀ ਮਰਜ਼ੀ ਦਾ, ਨਾ ਵੀ ਸਾਡੀ ਮਰਜ਼ੀ ਦਾ, ਤੇਰੀ ਮਰਜ਼ੀ ਕੋਈ ਨੀ। ਉਹਨੇ ਚਰਨ ਪਕੜ ਕੇ ਕਿਹਾ ਸਾਡੀਆਂ ਮਰਜ਼ੀਆਂ ਤਾਂ ਉਦਣ ਹੀ ਮੁੱਕ ਗਈਆਂ ਜਿੱਦਣ ਤੂੰ ਖਰੀਦ ਕੇ ਲੈ ਆਇਆ, ਖਰੀਦਿਆ ਦੀ ਮਰਜ਼ੀ ਕੀ ਹੁੰਦੀ। ਬਾਬਾ ਜੀ ਨੇ ਤਾਂ ਹੀ ਕਿਹਾ, ਕਹਿੰਦੇ ਨੇ ਕਿ ਦਾਦਾ ਮੁੱਲ ਖਰੀਦੀ, ਨਾਨਾ ਗੋਲਾ, ਮੇਰਾ ਨਾਮ ਸੁਭਾਗਾ, ਗੁਰ ਕੀ ਬਚਨੀ ਹਾਟ ਦੁਕਾਨਾ, ਜਿੱਤ ਲਾਇਆ ਜਿੱਤ ਲਾਦਾ, ਜਿੱਥੇ ਲਾਏਗਾ ਉੱਥੇ ਲੱਗਾਂਗੀ, ਗੁਰੂ ਸਾਹਿਬ ਕਿਰਪਾ ਕਰਨ, ਮਾਲਕ ਦੀ ਚਰਨ ਸ਼ਰਨ ਵਿੱਚ। ਅਸੀਂ ਸ਼ਰਨ ਮੰਗਦੇ ਜ਼ਰੂਰ ਹਾਂ, ਪਰ ਜ਼ਬਾਨ ਨਾਲ ਸ਼ਰਨ ਕਹਿੰਦੇ ਅੰਦਰੋਂ ਪੂਰਾ ਕਰਦੇ, ਉੱਥੋਂ ਤੋਂ ਕਹੀ ਜਾਂਦੇ ਸ਼ਰਨ ਵਿੱਚ ਰੱਖੀ ਅੰਦਰੋਂ ਜਿੱਤ। ਤੇ ਬਾਬਾ ਜੀ ਕਹਿੰਦੇ ਨੇ ਵੀ ਜਾ ਵੀ ਸੇਵਕਾ, ਆ ਤੇਰੇ ਤੇ ਥੋੜਾ ਜਿਹਾ ਦੁੱਖ ਆ ਗਿਆ, ਤੇ ਇੱਧਰ ਹੀ ਛੱਡ ਕੇ ਭੱਜ ਜਾਣੇ, ਆਪਾਂ ਪੂਰੀ ਗੁਰਦੁਆਰਿਆਂ ਦਾ, ਇਹ ਕੋਈ ਸ਼ਰਮ ਥੋੜਾ ਹੁੰਦੀ। ਮੇਰ ਕਰਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।